ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਅੱਡਾ 24/7 ਤੇ ਮੇਰਾ ਨਾਮ ਹੈ ਗਗਨਦੀਪ ਜੁੜ ਚੁੱਕੇ ਆਪਾਂ ਇੱਕ ਹੋਰ ਇੰਪੋਰਟੈਂਟ ਸੈਸ਼ਨ ਵਿੱਚ ਆਪਾਂ ਤਰੀਕ ਹੋ ਗਈ ਅੱਜ 31 ਜਨਵਰੀ ਦੇਖਿਓ ਪਹਿਲਾਂ ਮਹੀਨਾ ਵੀ ਲੰਘ ਗਿਆ ਪਤਾ ਵੀ ਲੱਗਿਆ ਹੈ ਨਾ ਤਾਂ ਜੀ ਬਸ ਪੜ੍ਹਦੇ ਪੁੜਦੇ ਰਿਹਾ ਕਰੋ ਕਿਉਂਕਿ ਟਾਈਮ ਦਾ ਕੁਝ ਪਤਾ ਨਹੀਂ ਲੱਗਣਾ ਆਪਾਂ ਵੈਸੇ ਗੱਲਾਂ ਕਰਦੇ ਰਹਿੰਦੇ ਹਾਂ ਕਿ ਆਪਣਾ ਇਲੈਕਸ਼ਨ ਕਦੋਂ ਆਉਂਗੇ ਇਹ ਆ ਜੂਗੇ ਉਹ ਆ ਜੂਗੇ ਇਲੈਕਸ਼ਨ ਹੋ ਜੂਗੇ ਪਤਾ ਵੀ ਲੱਗਣਾ ਸਾਨੂੰ ਤੁਹਾਡੇ ਪੇਪਰ ਸਿਰ ਤੇ ਆ ਜਾਣੇ ਤੇ ਦੇਖਦੇ ਰਹਿ ਜਾਂਗੇ ਅਸੀਂ ਤਾਂ ਜੀ ਪੜ੍ਹਾਈ ਕਰਦੇ ਰਹੋ ਦੇਖ ਲਓ ਮਹੀਨਾ ਕਿੰਨੀ ਛੇਤੀ ਲੰਘ ਗਿਆ ਤਾਂ ਜੀ ਕੀ ਹਾਲ ਚਾਲ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਹਰ ਹਰ ਮਹਾਦੇਵ ਜੈ ਹਿੰਦ ਜੈ ਸ਼੍ਰੀ ਰਾਮ ਹਾਂਜੀ ਅੱਛਾ ਪਹਿਲਾਂ ਗੱਲਾਂ ਕਰ ਲੈਣ ਲੱਗ ਜਾਂਦੇ ਨਾ ਆਪਸ ਚਾ ਕੇ ਚਲੋ ਇਹ ਵੀ ਠੀਕ ਹੈ ਮੈਂ ਨਾ ਲੇਟ ਲੂਟ ਕੁਛ ਨਹੀਂ ਹੋਇਆ ਥੋੜਾ ਜਿਹਾ ਨਾ ਕੱਲ ਖੋਲ ਨਹੀਂ ਨਾ ਲੈਪਟਾਪ ਮੈਂ ਕੱਲ ਤਾਂ ਸਾਰਾ ਦਿਨ ਬੰਦ ਸੀਗਾ ਮੇਰਾ ਲੈਪਟਾਪ ਬਸ ਕੱਲ ਸਵੇਰ ਕਲਾਸ ਲਈ ਮੈਂ ਉਹ ਤਾਂ ਰੱਖਤਾ ਬਾਅਦ ਉਹ ਤੋਂ ਬਾਅਦ ਫਿਰ ਬਸ ਇਹ ਆ ਗਿਆ ਫਿਰ ਰਾਤੀ ਬਸ ਬਣਾਈ ਸੀ ਥੋੜੀ ਜੀ ਬਸ ਲੱਗ ਜਾਂਦਾ ਟਾਈਮ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਫਿਰ ਸ਼ੁਰੂ ਕਰੀਏ ਕਲਾਸ ਤਾਂ ਜੀ ਤੁਹਾਨੂੰ ਪਹਿਲਾਂ ਦੁਬਾਰਾ ਦੱਸਦੀ ਜਿਹੜਾ ਜਿਹੜਾ ਕੋਈ ਨਵਾਂ ਜੁੜਿਆ ਹੈ ਹਜੇ ਸਾਡੇ ਨਾਲ ਅਸੀਂ ਪਹਿਲਾਂ ਕਰਾਂਗੇ ਜਨਵਰੀ ਦੇ ਕਰੰਟ ਅਫੇਅਰ ਦੀ ਪਹਿਲਾਂ ਆਪਾਂ ਉਹਨਾਂ ਦੀ ਰਿਵੀਜ਼ਨ ਕਰਾਂਗੇ ਪਹਿਲਾਂ ਹੈ ਨਾ ਪਹਿਲਾਂ ਉਹਨਾਂ ਦੀ ਕਰਾਂਗੇ ਆਪਾਂ ਰਿਵੀਜ਼ਨ ਫਿਰ ਉਹ ਤੋਂ ਬਾਅਦ ਆਪਾਂ 30 ਜਨਵਰੀ ਤੇ 31 ਜਨਵਰੀ ਦੇ ਆਪਾਂ ਕਰੰਟ ਅਫੇਅਰਸ ਕਰਾਂਗੇ 30 ਜਨਵਰੀ ਕਿਉਂਕਿ ਕੱਲ ਸੰਡੇ ਸੀ ਤਾਂ ਠੀਕ ਹੈ ਜੀ ਅੱਜ ਤਾਂ ਸ਼ਕਲ ਤੇ ਲੈਟਾਂ ਲੁੱਟਾਂ ਵੀ ਠੀਕ ਵੱਜ ਰਹੀਆਂ ਮੇਰੇ ਹੈ ਨਾ ਹਾਂਜੀ ਪੁੱਛੋ ਸੰਧੂ ਜੋਤ ਇੱਕ ਕੀ ਤੁਸੀਂ ਦੋ ਗੱਲਾਂ ਪੁੱਛੋ ਪਹਿਲਾਂ ਚਲੋ ਸ਼ੁਰੂ ਕਰਦੇ ਆ ਫਿਰ ਯਾਰ ਹਾਂ ਪੁੱਛੋ ਛੇਤੀ ਪੁੱਛ ਲਓ ਜਿਹਨੇ ਜੋ ਪੁੱਛਣਾ ਮੈਂ ਛੇਤੀ ਸ਼ੁਰੂ ਕਰਨ ਲੱਗਾ 8-7 ਹੋ ਗਏ ਆਪਾਂ ਨਿਬੇੜਨਾ ਛੇਤੀ 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 ਪੁੱਛ ਲਓ ਜਿਹਨੇ ਜੋ ਵੀ ਪੁੱਛਣਾ ਛੇਤੀ ਪੁੱਛ ਲਓ 1-2 ਮਿੰਟ ਦੇ ਦੇਣਾ ਤੁਹਾਨੂੰ ਜਿਹਨੇ ਜੋ ਕੁਝ ਪੁੱਛਣਾ ਪੁੱਛ ਲਓ ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਯਾਰ ਨਾਲ ਨਾਲ ਆਈ ਗਏ ਇੱਕ ਵਾਰ ਸੈਸ਼ਨ ਨੂੰ ਸ਼ੇਅਰ ਕਰੀ ਜਾਓ ਇੰਨਾ ਤੁਹਾਨੂੰ ਟਾਈਮ ਦੇ ਦੇਣਾ ਕੁਐਸਚਨ ਨੂੰ ਪੁੱਛਣ ਦਾ ਸ਼ੇਅਰ ਕਰਦੇ ਇੱਕ ਵਾਰ ਸੈਸ਼ਨ ਨੂੰ ਲਾਈਕ ਕਰ ਦਿਓ ਇੰਨਾ ਤੁਸੀਂ ਸਵਾਲ ਸਵੂਲ ਪੁੱਛ ਲਓ ਜੋ ਪੁੱਛਣਾ ਤੁਹਾਨੂੰ 2-3 ਮਿੰਟ ਦੇ ਦਿੰਦਾ ਸ਼ੇਅਰ ਕਰ ਦਿਓ ਸੈਸ਼ਨ ਇੱਕ ਵਾਰ ਲਾਈਕ ਕਰ ਦਿਓ ਤੇ ਹੁਣ ਤੱਕ ਕਿਸੇ ਨੇ ਮੇਰੇ ਤੋਂ ਸਵਾਲ ਨਹੀਂ ਪੁੱਛਿਆ ਫਿਰ ਕਹਿੰਦੇ ਸਰ ਸਵਾਲ ਪੁੱਛਣਾ ਸੀ ਫਿਰ ਕਲਾਸ 'ਚ ਮੈਂ ਟਾਈਮ ਨਹੀਂ ਦੇਣਾ ਬਲੈਕ ਤੁਹਾਡੀ ਯੂਨੀਫਾਰਮ ਹੈ ਹਾਂਜੀ ਬਲੈਕ ਤੁਹਾਡੀ ਯੂਨੀਫਾਰਮ ਹੈ ਬਸ ਇਹ ਪੁੱਛਣਾ ਚਲੋ ਸ਼ੁਰੂ ਕਰਦੇ ਹਾਂ ਤਾਂ ਜੀ ਟੈਲੀਗ੍ਰਾਮ ਨੂੰ ਫੋਲੋ ਕਰ ਲਓ ਇੱਕ ਤਾਂ ਪਹਿਲਾ ਸਵਾਲ ਤਾਂ ਜੀ ਡੈਸ਼ ਇਜ਼ ਦਾ ਫਸਟ ਇੰਡੀਅਨ ਟੂ ਪਰਫਾਰਮ ਇਨ ਮੈਟਾਵਰਸ ਇਨ ਪਲੇ ਨਾਈਟ ਜਿਹੜਾ ਸਟਾਰਟਅਪ ਹੈ ਇੰਡੀਆ ਦਾ ਪਹਿਲਾ ਮੈਟਾਵਰਸ ਸਟਾਰਟਅਪ ਨਿਕਲਿਆ ਜਿਹਦਾ ਨਾਂ ਕੀ ਹੈ ਪਲੇ ਨਾਈਟ ਹੋ ਜਾਂਦਾ ਸਟਾਰਟਅਪ ਦਾ ਨਾਂ ਤਾਂ ਜੀ ਮੈਟਾਵਰਸ ਸਟਾਰਟਅਪ ਪਲੇ ਨਾਈਟ ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਭਾਰਤੀ ਕੌਣ ਹੈ ਮਿਕਾ ਸੋਨੂ ਨਿਗਮ ਸੁਖਬੀਰ ਜਾਂ ਫਿਰ ਦਲੇਰ ਮਹਿੰਦੀ ਮਿਕਾ ਸਟਾਰਟ ਜਿਹੜਾ ਕਰੰਟ ਅਫੇਅਰ ਦਾ ਬੈਚ ਨਾਲ ਹੀ ਸ਼ੁਰੂ ਹੋਊਗਾ 9 ਫਰਵਰੀ ਤੋਂ ਹੀ ਤਾਂ ਇਹਦਾ ਅੰਤਰ ਦੱਸੋ ਕੀ ਹੋਊਗਾ ਮਿਕਾ ਸੋਨੂ ਨਿਗਮ ਸੁਖਬੀਰ ਜਾਂ ਫਿਰ ਦਲੇਰ ਮਹਿੰਦੀ ਤਾਂ ਜੀ ਬਿਲਕੁਲ ਠੀਕ ਅੰਤਰ ਦੱਸਦੇ ਹੋ ਦਲੇਰ ਮਹਿੰਦੀ ਹੋ ਜਾਂਦਾ 26 ਜਨਵਰੀ ਤੇ ਇਹਨਾਂ ਨੇ ਪਰਫਾਰਮ ਕੀਤਾ ਸੀ ਇੰਡੀਆ ਦਾ ਇੱਕ ਆਪਣਾ ਮੈਟਾਵਰਸ ਬਣਾਇਆ ਇਹਨਾਂ ਨੇ ਪਲੇ ਨਾਈਟ ਕਰਕੇ ਚਲੋ ਇੰਡੀਆ ਫਸਟ ਗ੍ਰਾਫੀਨ ਇਨੋਵੇਸ਼ਨ ਸੈਂਟਰ ਟੂ ਬੀ ਸਟੈਬਲਿਸ਼ਡ ਇਨ ਕੇਰਲਾ ਗ੍ਰਾਫੀਨ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਾਰਬਨ ਦਾ ਕੰਪਾਊਂਡ ਹੈ ਤੁਹਾਡੇ ਕੋਲ ਇਹ ਵੀ ਸਵਾਲ ਆ ਸਕਦਾ ਕਿਹਦਾ ਕੰਪਾਊਂਡ ਹੈ ਕਾਰਬਨ ਹਾਈਡਰੋਜਨ ਆਕਸੀਜਨ ਕਾਰਬਨ ਦਾ ਹੈ ਕਿੱਥੇ ਬਣਨ ਜਾ ਰਿਹਾ ਡਿਜੀਟਲ ਯੂਨੀਵਰਸਿਟੀ ਆਫ ਕੇਰਲਾ ਵਿੱਚ ਬਣਨ ਜਾ ਰਿਹਾ ਤਾਂ ਇਹਦਾ ਇੰਡਸਟਰੀਅਲ ਪਾਰਟਨਰ ਕੌਣ ਹੈ ਅਡਾਨੀ ਸਟੀਲ ਜਿੰਦਲ ਸਟੀਲ ਮਿੱਤਲ ਸਟੀਲ ਜਾਂ ਫਿਰ ਟਾਟਾ ਸਟੀਲ ਮਨਪ੍ਰੀਤ ਕੌਰ ਦੇਖੋ ਇਹਦੇ ਬਾਰੇ ਯਾਰ ਮੈਨੂੰ ਨਹੀਂ ਆਈਡੀਆ ਯਾਰ ਇਹਦੇ ਬਾਰੇ ਮੈਨੂੰ ਕਿੱਦਾਂ ਆਈਡੀਆ ਹੋਊਗਾ ਆਪਾਂ ਕਿਹੜਾ ਸਰਕਾਰ 'ਚ ਦੇਖੋ ਪਤਾ ਕੀ ਹੁੰਦਾ ਯਾਰ ਪੇਪਰਾਂ ਦਾ ਯਾਰ ਜੇ ਤਾਂ ਦੇਖੋ ਕੋਵਿਡ ਥੋੜਾ ਜਿਹਾ ਵੱਧ ਗਿਆ ਫਿਰ ਤਾਂ ਓਬਵੀਅਸਲੀ ਇਹਨਾਂ ਨੇ ਉਹ ਕਰ ਦੇਣਾ ਪੋਸਟਪੋਨ ਕਰ ਦੇਣਾ ਜੇ ਠੀਕ ਚੱਲ ਰਿਹਾ ਜੇ ਹੋਣ ਵਾਲਾ ਹਿਸਾਬ ਚੱਲਿਆ ਫਿਰ ਤਾਂ ਹੋ ਜਾਊਗਾ ਪੇਪਰ ਜੀ ਯਾਰ ਕੋਵਿਡ 'ਤੇ ਹੀ ਹੈ ਹੋਰ ਤਾਂ ਕੁਛ ਨਹੀਂ ਯਾਰ ਕਿਉਂਕਿ ਜਿਹੜਾ ਪਹਿਲਾਂ ਵੀ ਪੋਸਟਪੋਨ ਹੋਇਆ ਪੇਪਰ ਕੋਵਿਡ ਕਰਕੇ ਹੀ ਹੋਇਆ ਤਾਂ ਜੀ ਇਹਦਾ ਅੰਤਰ ਬਿਲਕੁਲ ਠੀਕ ਹੋ ਜਾਂਦਾ ਟਾਟਾ ਸਟੀਲ ਚਲੋ ਇੰਡੀਆ ਦਾ ਪਹਿਲਾ ਇਨੋਵੇਸ਼ਨ ਸੈਂਟਰ ਆਹ ਦੇਖ ਲਓ ਜੀ ਡਿਜੀਟਲ ਯੂਨੀਵਰਸਿਟੀ ਕੇਰਲਾ ਅਲੋਂਗ ਵਿਦ ਦਾ ਸੈਂਟਰ ਫਾਰ ਮਟੀਰੀਅਲਸ ਆਫ ਫਾਰ ਇਲੈਕਟ੍ਰੋਨਿਕਸ ਐਂਡ ਟੈਕਨੋਲੋਜੀ ਸੀ ਮੈਟ ਨਾਲ ਥ੍ਰਿਸੂਰ ਵਿੱਚ ਬਣਨ ਜਾ ਰਿਹਾ ਥ੍ਰਿਸੂਰ ਕੇਰਲਾ ਵਿੱਚ ਹੀ ਪੈਂਦਾ ਤੇ ਟਾਟਾ ਸਟੀਲ ਦਾ ਇੰਡਸਟਰੀਅਲ ਪਾਰਟਨਰ ਬਣ ਜਾਂਦਾ ਠੀਕ ਹੈ ਜੀ ਚਲੋ ਤਾਂ ਜੀ ਜੇ ਐਂਡ ਕੇ ਪੁਲਿਸ ਨੂੰ ਮਿਲੇ 115 ਮੈਡਲ ਮਿਲੇ ਆ ਗੈਲੰਟਰੀ ਲਈ ਆਪਾਂ ਗੱਲ ਦੱਸੀ ਸੀ ਸਭ ਤੋਂ ਜ਼ਿਆਦਾ ਜੇ ਐਂਡ ਕੇ ਪੁਲਿਸ ਨੂੰ ਮਿਲੇ ਦੂਜੇ ਨੰਬਰ ਤੇ ਕਿਹੜੀ ਸੀ ਸੀ ਆਰ ਪੀ ਐਫ ਸੀ ਕਿ ਉਹਨਾਂ ਨੂੰ ਕਿੰਨੇ ਮਿਲੇ ਸੀ 30 ਮੈਡਲ ਮਿਲੇ ਸੀ ਤਾਂ ਮੈਨੂੰ ਦੱਸੋ ਟੋਟਲ ਜਿਹੜੇ ਪੁਲਿਸ ਮੈਡਲਸ ਫਾਰ ਗੈਲੰਟਰੀ ਹੈ ਇਸ ਸਾਲ ਕਿੰਨੇ ਅਵਾਰਡ ਕੀਤੇ ਗਏ ਸੀ 189 193 191 ਜਾਂ ਫਿਰ 190 ਤੁਸੀਂ ਕਹੋਗੇ ਸਰ ਇਹ ਤਾਂ ਤੁਸੀਂ ਦੱਸਿਆ ਹੀ ਨਹੀਂ ਸੀ ਸਾਨੂੰ ਦੇਖੋ ਗੱਲ ਇਹ ਹੈ ਮੈਂ ਬਾਰ ਬਾਰ ਕਿਹਾ ਜੇ ਤੁਸੀਂ ਬੈਚ ਲਿਆ ਹੋਇਆ ਬੈਚ ਦਾ ਮਤਲਬ ਇਹ ਨਹੀਂ ਹੈ ਤੁਹਾਨੂੰ ਬੈਚ 'ਚ ਸਭ ਕੁਝ ਕਰਾ ਦਿੱਤਾ ਜਾਊਗਾ ਤੁਹਾਨੂੰ ਸੈਲਫ ਸਟੱਡੀ ਕਰਨੀ ਪੈਣੀ ਹੈ ਮੈਂ ਪਹਿਲਾਂ ਐਗਜ਼ਾਮਪਲ ਦਿੱਤਾ ਤੁਹਾਨੂੰ UPSC ਤਾਂ ਬੱਚਾ ਦੇ ਕੋਚਿੰਗ ਲੈਂਦਾ ਠੀਕ ਹੈ ਬਹੁਤ ਵੱਡੀ ਪੋਸਟ ਹੁੰਦੀ UPSC ਦੀ ਕੋਚਿੰਗਾਂ ਵੀ ਉਹੋ ਜਿਹੀਆਂ ਹੁੰਦੀਆਂ ਉਹਨਾਂ ਦੀ ਫਿਰ ਉਹਦਾ ਮਤਲਬ ਇਹ ਥੋੜ੍ਹੀ ਸੈਲਫ ਸਟੱਡੀ ਕਰਦਾ ਹੀ ਨਹੀਂ ਵੀ 4 ਘੰਟੇ ਦੀ ਕਲਾਸ ਲਈ ਬਾਜੀ ਮੈਂ ਤਾਂ ਪੈਸੇ ਦਿੱਤੇ ਹੋਏ ਇਹੀ ਕਰਾਉਂਗੇ ਤਾਂ ਜੀ ਬੇਸਿਕ ਜੀ ਗੱਲ ਹੈ ਸੈਲਫ ਸਟੱਡੀ ਤੁਹਾਨੂੰ ਆਪ ਕਰਨੀ ਪੈਣੀ ਇਹਦਾ ਅੰਤਰ ਦੇਖਿਓ ਅੱਡ ਅੱਡ ਆਉਣ ਲੱਗੇ ਇਹਦਾ ਅੰਤਰ 189 ਹੈ ਬਟ ਆਈ ਐਮ ਹੈਪੀ ਕਿ ਸਾਰਿਆਂ ਨੇ ਘੱਟੋ ਘੱਟ ਸੇਮ ਆਂਸਰ ਤਾਂ ਕੀਤੇ ਗਲਤ ਇੱਕ ਦੋ ਜਿਹੜੇ ਹੋਏ 189 ਮੈਡਲ ਮਿਲੇ ਸੀ ਟੋਟਲ ਦੀ ਗੱਲ ਕਰ ਲੈਂਦੇ ਹਾਂ
939 ਪੁਲਿਸ ਮੈਡਲ ਮਿਲੇ ਸੀ, ਜਿਨ੍ਹਾਂ ਵਿੱਚੋਂ 189 ਸੀਗੇ ਪੁਲਿਸ ਮੈਡਲਸ ਫਾਰ ਗੈਲੰਟਰੀ, 88 ਸੀਗੇ ਪ੍ਰੈਜ਼ੀਡੈਂਟ ਪੁਲਿਸ ਮੈਡਲ, ਤੇ 662 ਸੀਗੇ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ। ਤੇ ਇਹਦੇ ਦੇਖੋ ਜੇ ਐਂਡ ਕੇ ਨੂੰ ਸਭ ਤੋਂ ਜ਼ਿਆਦਾ 115, ਫਿਰ ਸੀਆਰਪੀਐਫ ਨੂੰ 30, ਫਿਰ ਛੱਤੀਸਗੜ੍ਹ ਪੁਲਿਸ ਨੂੰ 10। ਠੀਕ ਹੈ ਜੀ, ਚਲੋ ਸ਼ੁਰੂ ਹੀ ਕੀਤਾ ਪ੍ਰੀਤੀ ਕੁਛ ਬੱਚੇ, ਤਿੰਨ ਚਾਰ ਸਵਾਲ ਹੋਏ ਨੇ। ਤਾਂ ਜੀ, ਵਿਚ ਸਟੇਟ ਗੋਟ ਇਟਸ ਫਸਟ ਅਵਰ ਬਰਡ ਐਟਲਸ, ਕਿਸ ਰਾਜ ਨੂੰ ਆਪਣਾ ਪਹਿਲਾ ਬਰਡ ਐਟਲਸ ਮਿਲਿਆ? ਤਮਿਲਨਾਡੂ, ਕੇਰਲਾ, ਕਰਨਾਟਕਾ ਜਾਂ ਫਿਰ ਤੇਲੰਗਾਨਾ। ਤੇ ਜੇ ਕਿਸੇ ਨੇ ਹੁਣ ਤੱਕ ਕੱਲ ਵਾਲੀ ਕਲਾਸ ਨਹੀਂ ਲਾਈ, ਜਿਹੜੀ ਵੀਕਲੀ ਵਾਲੀ ਕਲਾਸ ਹੋਈ ਸੀ ਇੱਕ ਵਾਰੀ, ਉਹ ਜ਼ਰੂਰ ਲਾਓ ਯਾਰ। ਵੀਕਲੀ ਵਾਲੀ ਕਲਾਸ ਲਾਇਆ ਕਰੋ, ਰਿਵੀਜ਼ਨ ਹੋ ਜਾਂਦੀ ਹੈ ਤੁਹਾਡੀ। ਬਹੁਤ ਵਧੀਆ ਯਾਰ, ਤੁਸੀਂ ਇਹ ਦੱਸੋ ਆਂਸਰ ਕੀ ਹੋਊਗਾ ਇਹਦਾ, ਤਮਿਲਨਾਡੂ, ਕੇਰਲਾ, ਕਰਨਾਟਕਾ ਜਾਂ ਫਿਰ ਤੇਲੰਗਾਨਾ। ਹਾਂਜੀ ਬਿਲਕੁਲ ਠੀਕ ਆਂਸਰ ਦਿੱਤਾ ਤੁਸੀਂ, ਆਂਸਰ ਹੋ ਜਾਂਦਾ ਸਾਡਾ ਕੇਰਲਾ, ਹੋ ਜਾਂਦਾ ਫਸਟ ਐਵਰ ਬਰਡ ਐਟਲਸ ਕੇਰਲਾ ਵਿੱਚ ਬਣਿਆ। ਤਾਂ ਇਹ ਕੁਛ ਨਹੀਂ ਕਰਨਾ ਬਈ, ਮੈਂ ਪਤਾ ਨਹੀਂ ਕਿੱਦਾਂ ਰਹਿ ਗਈ ਸਲਾਈਡ। ਅਸਮ ਵੈਭਵ ਮਿਲਿਆ ਭਾਰਤ ਰਤਨ ਦੀ, ਭਾਰਤ ਰਤਨ ਕਹਿ ਰਿਹਾ, ਅਸਮ ਵੈਭਵ ਮਿਲਿਆ ਜੀ ਰਤਨ ਟਾਟਾ ਜੀ ਨੂੰ, ਤੇ ਅਸਮ ਸੌਰਵ ਮਿਲਿਆ ਲਵਲੀਨਾ ਬੋਰਗੋਹਾਈ ਨੂੰ। ਸਾਨੂੰ ਹੋਰ ਕੋਈ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਸਾਡੇ ਲਈ ਹੋਰ ਜ਼ਰੂਰੀ ਨਹੀਂ ਹੈ, ਕਿਉਂਕਿ ਅਸਮ ਦਾ ਅਵਾਰਡ ਹੈ, ਅਸੀਂ ਅਸਮ ਦੇ ਪੇਪਰ ਦੀ ਤਿਆਰੀ ਨਹੀਂ ਕਰ ਰਹੇ, ਅਸੀਂ ਪੰਜਾਬ ਦੇ ਪੇਪਰ ਦੀ ਤਿਆਰੀ ਕਰ ਰਹੇ। ਠੀਕ ਹੈ, ਪਿੰਡ ਰਾਏ ਨਹੀਂ, ਪਿਨਾਰੇ ਵਿਜੈਨ। ਤਾਂ ਜੀ, ਕਰਪਸ਼ਨ ਪਰਸੈਪਸ਼ਨ ਇੰਡੈਕਸ ਸੀਗਾ, ਇੰਡੀਆ ਦੀ ਰੈਂਕ ਆਈ ਹੈ 85th। ਟਰਾਂਸਪੇਰੈਂਸੀ ਇੰਟਰਨੈਸ਼ਨਲ ਕਰਕੇ ਇੱਕ ਕੰਪਨੀ ਹੈ, ਉਹਨੇ ਲਾਂਚ ਕੀਤੀ। ਤਾਂ ਪਿਛਲੇ ਸਾਲ ਇੰਡੀਆ ਦੀ ਰੈਂਕ ਸੀਗੀ 86 ਸੀਗੀ, ਇਸ ਸਾਲ ਇੰਡੀਆ ਦੀ ਰੈਂਕ ਆਈ ਹੈ 85 ਆਈ ਹੈ। ਤਾਂ ਜੀ, ਵਿਚ ਕੰਟਰੀ ਹੈਜ਼ ਟਾਈਡ ਅਪ ਵਿਦ ਇੰਡੀਆ ਐਟ ਦ 85th ਪੋਜੀਸ਼ਨ? ਤਾਂ ਜੀ, 85 ਪੋਜੀਸ਼ਨ ਤੇ ਇੰਡੀਆ ਨਾਲ ਕਿਹਨੇ ਟਾਈ ਅਪ ਕੀਤਾ? ਡੈਨਮਾਰਕ ਨੇ, ਫਿਨਲੈਂਡ ਨੇ, ਨਿਊਜ਼ੀਲੈਂਡ ਨੇ, ਮਾਲਦੀਵ ਨੇ ਜਾਂ ਫਿਰ ਸਾਊਥ ਸੁਡਾਨ ਨੇ? ਦੱਸੋ, ਪਿਛਲੇ ਸਾਲ ਇੰਡੀਆ ਦੇ ਰੈਂਕ 86 ਸੀ, ਇਸ ਸਾਲ ਇੰਡੀਆ ਦੇ ਰੈਂਕ 85। ਪਿਛਲੇ ਸਾਲ ਇੰਡੀਆ ਦਾ ਰੈਂਕ, ਇੰਡੀਆ ਦਾ ਸਕੋਰ 40 ਸੀ, ਇਸ ਸਾਲ ਇੰਡੀਆ ਦਾ ਸਕੋਰ 40 ਹੈ। ਬਸ ਰੈਂਕ ਇੱਕ ਵਧੀਆ ਹੋ ਗਈ, ਪਤਾ ਨਹੀਂ ਕਿੱਦਾਂ ਹੋਈ। ਇਹਦਾ ਅੰਤਰ ਦੱਸੋ ਕੀ ਹੋਊਗਾ? ਕਹਿ ਸਰ, ਇਹ ਤਾਂ ਤੁਸੀਂ ਦੱਸਿਆ ਹੀ ਨਹੀਂ, ਹੈ ਨਾ, ਸੈਲਫ ਸਟੱਡੀ ਆਪਾਂ ਕਰਦੇ ਹੀ ਨਹੀਂ। ਸੀਰੀਅਸਲੀ, ਇੰਡੀਆ ਨੇ ਡੈਨਮਾਰਕ ਨਾਲ ਕੀਤਾ। ਇਹ ਜਿਹੜੀ ਤਿੰਨ ਕੰਟਰੀ ਆ ਨਾ, ਇਹ ਫਸਟ ਕੰਟਰੀ, ਇਹ ਸੈਕਿੰਡ ਕੰਟਰੀ, ਥਰਡ ਰੈਂਕ ਇਹਨਾਂ ਦੀ। ਦੇਖੋ ਕੀ ਗਾ ਪੈ ਇਹਨਾਂ ਨੇ। ਮਾਲਦੀਵ ਨੇ ਟਾਈ ਅਪ ਕੀਤਾ, ਡੈਨਮਾਰਕ ਦੀ ਰੈਂਕ ਹੈ 1, ਫਿਨਲੈਂਡ ਦੀ ਰੈਂਕ ਹੈ 2, ਨਿਊਜ਼ੀਲੈਂਡ ਦੀ ਰੈਂਕ ਹੈ 3। ਬਲਕਿ ਇਹਨਾਂ ਦੀ 1-1-1 ਹੀ ਹੈ, ਕਿਉਂਕਿ ਸਕੋਰ ਇਹਨਾਂ ਦਾ 4-4-4 ਹੀ ਹੈ ਸਾਰਿਆਂ ਦਾ, ਮਤਲਬ ਸੋਰੀ 88-88 ਸਕੋਰ। ਤਾਂ ਇਹਦੀ ਰੈਂਕ ਆਈ ਹੈ ਲਾਸਟ, ਸਾਊਥ ਸੁਡਾਨ ਆਈ ਹੈ ਲਾਸਟ। ਆਹ ਦੇਖੋ, ਚਲ ਰਸ਼ੀਆ, ਚਾਈਨਾ, ਇਰਾਨ, ਇਹਨਾਂ ਨੇ ਕੰਡਕਟ ਕੀਤੀ ਜੁਆਇੰਟ ਨੇਵਲ ਐਕਸਰਸਾਈਜ਼ ਚਿਰੂ 2Q22। ਇਹ ਆਪਾਂ ਗੱਲ ਕੀਤੀ ਸੀ ਚਿਰੂ 2Q22 ਦੀ, ਇਹ ਸ਼ਾਮੀ 4 ਵਜੇ ਵਾਲੀ ਕਲਾਸ 'ਚ ਵੀ ਮੈਂ ਇਹਦੇ ਬਾਰੇ ਗੱਲ ਕੀਤੀ ਸੀ। ਤਾਂ ਮੈਨੂੰ ਦੱਸੋ ਵੀ ਕਿੱਥੇ ਕੀਤੀ ਹੈ? ਰੈੱਡ ਸੀ, ਗਲਫ ਆਫ ਓਮਾਨ, ਪਰਸ਼ੀਅਨ ਗਲਫ ਜਾਂ ਫਿਰ ਗਲਫ ਆਫ ਏਡਨ? ਹੈ ਨਾ, ਦਿਮਾਗ ਹੀ ਨਹੀਂ ਲਾਉਂਦੇ ਪਤਾ, ਡੈਨਮਾਰਕ ਤੇ ਫਿਨਲੈਂਡ ਕਰੀ ਜਾਂਦੇ। ਡੈਨਮਾਰਕ, ਫਿਨਲੈਂਡ, ਸਵਿਟਜ਼ਰਲੈਂਡ, ਸੋਰੀ, ਡੈਨਮਾਰਕ, ਫਿਨਲੈਂਡ, ਸਵੀਡਨ, ਇਹ ਤਾਂ ਇਹੋ ਜਿਹੀ ਕੰਟਰੀ ਤਾਂ ਹਮੇ ਹਰ ਰੈਂਕਿੰਗ ਵਿੱਚ ਟੌਪ 'ਚ ਆਉਂਦੀਆਂ ਯਾਰ। ਦੱਸੋ ਇਹਦਾ ਅੰਤਰ ਕੀ ਹੋਊਗਾ, ਕਿੱਥੇ ਕੀਤੀ ਇਹਨਾਂ ਨੇ ਚਿਰੂ 2Q22? ਸੀ, ਓਮਾਨ, ਗਲਫ ਜਾਂ ਏਡਨ? ਚਲੋ ਸਾਰੇ ਦੇ ਆਂਸਰ ਤਾਂ ਘੱਟੋ ਘੱਟ ਸੇਮ ਆ ਰਹੇ ਹੈ, ਇੱਕ ਅੱਧੇ ਦਾ ਆ ਜਾਂਦਾ, ਚਲੋ ਇਧਰ ਉਧਰ। ਤਾਂ ਜੀ ਬਿਲਕੁਲ ਠੀਕ ਹੈ, ਗਲਫ ਆਫ ਓਮਾਨ ਵਿੱਚ ਕੀਤੀ ਇਹਨਾਂ ਨੇ। ਇਹ ਮੈਪ ਇੱਕ ਵਾਰ ਧਿਆਨ ਰੱਖਣਾ ਤੁਸੀਂ, ਦੇਖੋ ਮੈਪ ਤੇ ਇਹ ਅਰੇਬੀਅਨ ਸੀ ਹੈ, ਮਤਲਬ ਕਿ ਇਹ ਇੰਡੀਆ ਹੈ, ਇਹ ਇੰਡੀਆ, ਠੀਕ ਹੈ, ਇਹ ਅਰੇਬੀਅਨ ਸੀ ਹੈ, ਇੱਥੇ ਪੈਂਦਾ ਗਲਫ ਆਫ ਓਮਾਨ ਤੇ ਇੱਥੇ ਪੈਂਦਾ ਪਰਸ਼ੀਅਨ ਗਲਫ, ਤੇ ਗਲਫ ਆਫ ਏਡਨ ਕਿੱਥੇ ਆ? ਇੱਧਰ ਸੂਏਜ਼ ਕਨਾਲ ਪੈਂਦੀ ਹੈ, ਇਹ ਹੈ ਮੈਡੀਟਰੇਨੀਅਨ ਸੀ, ਇਹ ਹੈ ਰੈੱਡ ਸੀ, ਇਹ ਹੈ ਗਲਫ ਆਫ ਏਡਨ, ਇਹ ਸਾਊਦੀ ਅਰੇਬੀਆ ਵੱਡਾ ਜਿਹਾ, ਠੀਕ ਹੈ। ਇਹ ਆਪਾਂ ਕੀਤਾ ਹੋਇਆ ਪਹਿਲਾਂ, ਮੈਂ ਮੈਪ ਕਰਾਇਆ ਹੋਇਆ ਵਧੀਆ ਤਰੀਕੇ ਨਾਲ, ਜਦੋਂ ਮੈਂ ਦੁਬਈ ਵਾਲਾ ਕੁਸ਼ਚਨ ਪੁੱਛਿਆ ਸੀ, ਕਿਉਂਕਿ ਦੁਬਈ ਇੱਥੇ ਪੈਂਦਾ, ਦੁਬਈ ਇੱਥੇ ਪੈਂਦਾ, ਦੁਬਈ ਨੂੰ ਲੱਗਦਾ ਕਿਹੜਾ ਪਰਸ਼ੀਅਨ ਗਲਫ ਲੱਗਦਾ ਇਹ, ਜੇ ਕੋਈ 4 PM ਵਾਲੀ ਕਲਾਸ ਲਾਉਂਦਾ ਹੋਵੇ ਤਾਂ ਉਹਨੂੰ ਪਤਾ ਹੋਵੇ, ਕਿਉਂਕਿ ਉਹਦੇ ਵਿੱਚ ਆਪਾਂ ਕੀ ਕਰਦੇ, PPSC ਦੇ ਕਰੰਟ ਅਫੇਅਰ ਦੀ ਰਿਵੀਜ਼ਨ, ਠੀਕ ਹੈ ਜੀ। ਇਹ ਧਿਆਨ ਰੱਖਣਾ ਥੋੜਾ ਜਿਹਾ, ਗਲਫ ਆਫ ਓਮਾਨ ਤੋਂ ਬਾਅਦ ਆਉਂਦਾ ਪਰਸ਼ੀਅਨ ਗਲਫ ਤੇ ਗਲਫ ਆਫ ਏਡਨ ਤੋਂ ਬਾਅਦ ਆਉਂਦਾ ਰੈੱਡ ਸੀ, ਕਨਫਿਊਜ਼ ਨਹੀਂ ਕਰ ਦੇਣਾ ਕਿਤੇ, ਅੱਡ ਅੱਡ ਇਹ ਸਵਾਪ ਕਰ ਦਿਓ ਤੁਸੀਂ ਇਹਨਾਂ ਦੋਨਾਂ ਨੂੰ। ਚਲੋ, ਤਾਂ ਜੀ ਵੈਸਟਰਨ ਨੇਵਲ ਕਮਾਂਡ ਨੇ ਕੰਡਕਟ ਕੀਤੀ ਜੁਆਇੰਟ ਮੈਰੀਟਾਈਮ ਐਕਸਰਸਾਈਜ਼ ਪੱਛਮ ਲਹਿਰ, ਈਸਟ ਵੈਸਟ ਮਤਲਬ ਪੱਛਮ, ਹੈ ਨਾ। ਤਾਂ ਜੀ, ਵੈਨ ਇਜ਼ ਨੇਵੀ ਡੇ ਸੈਲੀਬ੍ਰੇਟਿਡ? ਨੇਵੀ ਡੇ ਦੱਸੋ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ, ਜਨਵਰੀ 15, ਦਸੰਬਰ 4, ਅਕਤੂਬਰ 4 ਜਾਂ ਫਿਰ ਜਨਵਰੀ 14? ਹਾਂਜੀ, ਨੇਵੀ ਡੇ ਕਦੋਂ ਮਨਾਇਆ ਜਾਂਦਾ ਹੈ, ਜਨਵਰੀ 15, ਦਸੰਬਰ 4, ਅਕਤੂਬਰ 4 ਜਾਂ ਫਿਰ ਜਨਵਰੀ 14? ਤਾਂ ਜੀ ਇਹਦਾ ਆਂਸਰ ਹੋ ਜਾਂਦਾ ਜੀ ਸਤੰਬਰ 4 ਨੂੰ। ਜਨਵਰੀ 15 ਨੂੰ ਕੀ ਮਨਾਇਆ ਜਾਂਦਾ? ਆਰਮੀ ਡੇ ਹੁੰਦਾ ਇਸ ਦਿਨ, ਅਕਤੂਬਰ 8 ਨੂੰ 에ਅਰਫੋਰਸ ਡੇ ਹੁੰਦਾ ਹੈ, ਤੇ ਜਨਵਰੀ 14 ਨੂੰ ਵੈਟਰਨਸ ਡੇ ਹੁੰਦਾ ਹੈ, ਵੈਟਰਨਸ ਡੇ, ਆਰਮੀ ਵੈਟਰਨਸ ਡੇ ਹੁੰਦਾ, ਠੀਕ ਹੈ। ਇਹ ਗੱਲਾਂ ਧਿਆਨ ਰੱਖਣੀਆਂ, ਤੇ ਉਹੀ ਗੱਲ ਜਦੋਂ ਤੱਕ ਮੈਂ ਕਹਿੰਦਾ ਨਹੀਂ ਤੁਸੀਂ ਆਪਾਂ ਲਾਈਕ ਕਰਨਾ ਨਹੀਂ, ਮਤਲਬ 82 ਆਪਾਂ ਲਾਈਵ ਬੈਠੇ ਤੇ ਲਾਈਕ ਕੀਤੇ ਹੋਏ ਨੇ ਸਿਰਫ 39। ਵੈਰੀ ਗੁੱਡ ਯਾਰ, ਘੱਟੋ ਘੱਟ ਲਾਈਵ ਇਜ਼ ਇਕੁਅਲ ਟੂ ਲਾਈਕ ਤਾਂ ਕਰ ਦਿਓ, ਠੀਕ ਹੈ। ਤਾਂ ਜੇ ਸਾਰੇ ਜਣੇ ਇੱਕ ਵਾਰ ਹੁਣ 1-2 ਸੈਕਿੰਡ ਕੱਢ ਕੇ ਸਾਰੇ ਜਣੇ ਸੈਸ਼ਨ ਨੂੰ ਲਾਈਕ ਜ਼ਰੂਰ ਕਰ ਦਿਓ।
ਚਲੋ ਤਾਂ ਇੱਕ ਵਾਰ ਧਿਆਨ ਰੱਖ ਲਿਓ, ਹੈੱਡਕੁਆਰਟਰ ਵੈਸਟਰਨ ਨੇਵਲ ਕਮਾਂਡ ਦਾ ਮੁੰਬਈ ਵਿੱਚ ਹੋ ਜਾਂਦਾ, ਈਸਟਰਨ ਦਾ ਵਿਸ਼ਾਖਾਪਟਨਮ ਅਤੇ ਸਾਊਥ ਦਾ ਕੋਚੀ ਮਤਲਬ ਕਿ ਕੇਰਲਾ ਵਿੱਚ ਹੋ ਜਾਂਦਾ। ਠੀਕ ਹੈ, ਇਹ ਆਪਾਂ ਕਰ ਚੁੱਕੇ ਹਾਂ ਅਤੇ ਇਹ ਇਹਨਾਂ ਦੇ ਤਿੰਨਾਂ ਦੇ ਚੀਫ ਨੇ, ਇਹ ਵੀ ਇੱਕ ਵਾਰ ਧਿਆਨ 'ਚ ਰੱਖ ਲਿਓ। ਵੈਸਟਰਨ ਨੇਵਲ ਕਮਾਂਡ ਦੇ ਚੀਫ ਦਾ ਨਾਂ ਅਜਿੰਦਰ ਬਹਾਦੁਰ ਸਿੰਘ, ਈਸਟਰਨ ਨੇਵਲ ਦੇ ਨਾਂ ਸੰਜੇ ਵਤਸਾਇਨ ਅਤੇ ਸਦਰਨ ਦਾ ਨਾਂ ਐਮ.ਏ. ਹੰਪੀ ਹੋਲੀ। ਇਹ ਕਨਫਿਊਜ਼ ਨਹੀਂ ਕਰਨਾ, ਠੀਕ ਹੈ, ਇਹ ਧਿਆਨ ਰੱਖਿਓ ਇਸ ਗੱਲ 'ਤੇ। ਚਲੋ ਤਾਂ ਜੀ, ਓਲਾ ਇਲੈਕਟ੍ਰਿਕ ਵਿਲ ਬੀ ਸੈਟਿੰਗ ਅਪ ਐਨ ਇਲੈਕਟ੍ਰਿਕ ਵਹੀਕਲ ਡਿਜ਼ਾਈਨ ਸੈਂਟਰ ਇਨ ਯੂਕੇ, ਯਾਨੀ ਕਿ ਯੂਨਾਈਟਿਡ ਕਿੰਗਡਮ, ਉੱਤਰਾਖੰਡ ਨੇ। ਠੀਕ ਹੈ ਜੀ, ਤਾਂ ਜੀ ਓਲਾ ਦਾ ਫਾਊਂਡਰ ਕੌਣ ਹੈ? ਗੌਰਵ ਖੰਨਾ, ਭਾਵਿਸ਼ ਅਗਰਵਾਲ, ਆਨੰਦ ਸ਼ਾਹ ਜਾਂ ਫਿਰ ਰਿਤੇਸ਼ ਅਗਰਵਾਲ। ਕੌਣ ਹੈ ਓਲਾ ਦਾ ਫਾਊਂਡਰ? ਮੈਨੂੰ ਪਤਾ, ਯਾਦ ਤਾਂ ਰਹਿੰਦੇ, ਜਦ ਤੱਕ ਕਹਿਣਾ ਨਹੀਂ ਆਪਾਂ ਕਰਨਾ ਨਹੀਂ ਹੁੰਦਾ ਲਾਈਕ, ਹੈ ਨਾ, ਤਾਂ ਹੀ ਮੈਂ ਦੱਸਦਾ, ਤਾਂ ਹੀ ਮੈਂ ਕਿਹਾ, ਮੈਂ ਕਿਹਾ ਇੱਕ ਮਿੰਟ ਰੁੱਕ ਕੇ ਲਾਈਕ ਲੁਈਕ ਕਰ ਦਿਓ ਯਾਰ, ਸੈਸ਼ਨ ਨੂੰ ਐ ਨਾ ਕਰਿਆ ਕਰੋ। ਤਾਂ ਜੀ ਸਰ 4 PM ਦੀ PDF ਦੇ ਦਿਓ ਪਲੀਜ਼ ਰਿਵੀਜ਼ਨ। ਤਾਂ ਜੀ ਇਹਦਾ ਆਂਸਰ, ਓਹੋ ਇਹਦਾ ਆਂਸਰ ਹੋ ਜਾਂਦਾ ਜੀ ਭਾਵਿਸ਼ ਅਗਰਵਾਲ, ਬੀ, ਯਾਨੀ ਕਿ ਭਾਵਿਸ਼ ਅਗਰਵਾਲ ਇਹਦਾ ਆਂਸਰ ਹੋ ਜਾਂਦਾ। ਗੌਰਵ ਖੰਨਾ ਕੌਣ ਨੇ? ਜਿਹੜੀ ਪੈਰਾ ਬੈਡਮਿੰਟਨ ਲਖਨਊ ਵਿੱਚ ਅਕੈਡਮੀ ਖੁੱਲ ਰਹੀ ਹੈ ਉਹਦੇ ਹੈੱਡ ਕੋਚ ਇਹੀ ਨੇ, ਤੇ ਇੰਡੀਆ ਦੇ ਪੈਰਾ ਬੈਡਮਿੰਟਨ ਕੋਚ ਵੀ ਇਹੀ ਨੇ। ਆਨੰਦ ਸ਼ਾਹ ਕੌਣ ਨੇ? ਇਹ ਓਲਾ ਇਲੈਕਟ੍ਰਿਕ, ਓਲਾ ਇਲੈਕਟ੍ਰਿਕ ਇਹਨਾਂ ਨਾਲ ਕੋ ਫਾਊਂਡਰ ਨੇ ਭਾਵਿਸ਼ ਅਗਰਵਾਲ ਨਾਲ। ਰਿਤੇਸ਼ ਅਗਰਵਾਲ ਕੌਣ ਨੇ? ਓਯੋ, ਓਯੋ ਰੂਮਸ ਹੈ ਜਿਹੜੇ, ਓਯੋ ਰੂਮਸ ਦੇ ਫਾਊਂਡਰ ਹੋ ਜਾਂਦੇ ਨੇ ਰਿਤੇਸ਼ ਅਗਰਵਾਲ। ਠੀਕ ਹੈ, ਇਹ ਗੱਲਾਂ ਧਿਆਨ ਰੱਖਣੀਆਂ, ਬਹੁਤ ਇੰਪੋਰਟੈਂਟ ਨੇ 4-5 ਗੱਲਾਂ। ਚਲੋ ਤਾਂ ਇਹ ਸੀਗੀ, ਓਲਾ ਫਾਊਂਡ ਹੋਈ ਸੀ 2010 ਵਿੱਚ ਹੋਈ, ਤੇ ਓਲਾ ਇਲੈਕਟ੍ਰਿਕ ਫਾਊਂਡ ਹੋਈ 2017 ਵਿੱਚ ਹੋਈ। ਇੱਧਰ ਬੈਂਗਲੌਰ, ਇਹਦਾ ਵੀ ਬੈਂਗਲੌਰ ਹੀ ਹੈ। ਇੱਧਰ ਭਾਵਿਸ਼ ਅਗਰਵਾਲ ਨਾਲ ਆਨੰਦ ਸ਼ਾਹ। ਠੀਕ ਹੈ ਜੀ, ਤੇ ਓਲਾ ਇੰਡੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਨਾਈਟਿਡ ਕਿੰਗਡਮ ਵਿੱਚ ਵੀ ਕੰਮ ਕਰਦੀ ਹੈ, ਫੰਕਸ਼ਨਲ ਹੈ। ਚਲੋ ਤਾਂ ਜੀ, US ਦੇ ਸੁਪਰੀਮ ਕੋਰਟ ਨੇ ਚੀਫ ਜਸਟਿਸ ਜਿਹੜੇ ਸਟੀਫਨ ਬੇਅਰ, ਇਹ ਰੀਸੈਂਟਲੀ ਬਹੁਤ ਛੇਤੀ ਰਿਟਾਇਰ ਹੋਣ ਵਾਲੇ ਨੇ, ਤਾਂ ਹਾਊ ਮੈਨੀ ਜੱਜਿਸ ਆਰ ਦੇਅਰ ਇਨ ਦਾ ਸੁਪਰੀਮ ਕੋਰਟ ਆਫ ਇੰਡੀਆ? ਇੰਡੀਆ ਵਿੱਚ ਕਿੰਨੇ ਜੱਜ ਨੇ ਸੁਪਰੀਮ ਕੋਰਟ ਵਿੱਚ? 29+1, 30+1, 31+1 ਜਾਂ 32+1? 1 ਦਾ ਮਤਲਬ ਹੋ ਜਾਂਦਾ ਚੀਫ ਜਸਟਿਸ ਆਫ ਇੰਡੀਆ। ਦੱਸੋ ਇੰਡੀਆ ਵਿੱਚ ਕਿੰਨੇ ਨੇ ਟੋਟਲ, 30, 31, 32 ਜਾਂ ਫਿਰ 33? ਕਿੰਨੇ ਨੇ ਜੱਜ ਸੁਪਰੀਮ ਕੋਰਟ ਆਫ ਇੰਡੀਆ ਵਿੱਚ? ਕਿਉਂਕਿ ਦੇਖੋ ਇਹ ਤਾਂ ਸਵਾਲ ਨਾ ਇੰਡੀਆ ਨਾਲ ਹੀ ਕੰਪੇਅਰ ਹੋਣੇ ਹੁਣ। ਤਾਂ ਜੀ ਇਹਦਾ 5 ਤਾਂ ਆਪਸ਼ਨ ਹੀ ਹੈ ਨੀ। ਤਾਂ ਜੀ ਇਹਦਾ ਅੰਤਰ ਹੋ ਜਾਂਦਾ 31+1, ਯਾਨੀ ਕਿ ਇਸ ਟਾਈਮ ਕਰੰਟਲੀ ਸਾਡੇ ਕੋਲ 32 ਜੱਜਿਸ ਨੇ, ਤੇ ਮੈਕਸੀਮਮ ਸਟਰੈਂਥ ਹੋ ਜਾਂਦੀ ਹੈ 34 ਦੀ। 34 ਦਾ ਮਤਲਬ 33+1, ਤੇ 32 ਦਾ ਮਤਲਬ 31+1, ਮਤਲਬ 31 ਨੇ ਜੱਜਿਸ, ਤੇ ਇੱਕ ਜਿਹੜਾ ਹੈ ਉਹ ਹੈ ਚੀਫ ਜਸਟਿਸ ਆਫ ਇੰਡੀਆ, ਉਹਨਾਂ ਦਾ ਨਾਂ ਕੀ ਹੈ? ਐਨ.ਵੀ. ਰਮਨਾ, ਰਮਨ ਕਹਿ ਲਓ, ਰਮਾਨਾ ਕਹਿ ਲਓ, ਮੈਨੂੰ ਨਹੀਂ ਪਤਾ। ਤੇ ਇਹ ਤੋਂ ਬਾਅਦ ਕੌਣ ਬਣਨ ਜਾ ਰਹੇ ਨੇ? ਯੂ.ਯੂ. ਲਲਿਤ, ਯਾਦ ਆਪਾਂ ਕੀਤਾ ਸੀ ਜਿਹਨੇ ਕਲਾਸ ਲਾਈ, ਨਾਲਸਾ, ਜਿਹੜਾ ਨਾਲਸਾ ਦੇ ਕੌਣ ਨੇ ਐਗਜ਼ੀਕਿਊਟਿਵ ਚੇਅਰਮੈਨ? ਯੂ.ਯੂ. ਲਲਿਤ ਨੇ, ਯਾਦ ਹੈ ਸਭ ਤੁਹਾਨੂੰ। ਚਲੋ ਤਾਂ ਜੀ, ਅ ਬੁੱਕ ਔਨ 20 ਅਨਸੰਗ ਵੁਮੈਨ ਹੀਰੋਜ਼ ਵਾਰ ਰੀਸੈਂਟਲੀ ਰਿਲੀਜ਼ ਬਾਏ ਮਿਨਿਸਟਰੀ ਆਫ, ਇਹ ਮੈਂ ਦੱਸਿਆ ਤੁਹਾਨੂੰ ਵੀ ਬੀ ਨਾਂ ਨੇ, ਇਹ ਮੈਂ ਤੁਹਾਨੂੰ ਕਰਾ ਦੂੰਗਾ ਅੱਜ। ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਬਾਰੇ ਦੱਸਣ ਜਾ ਰਿਹਾ ਵੀ ਪੰਜਾਬ ਵਿੱਚ ਕੌਣ ਕੌਣ ਨੇ। ਤਾਂ ਜੀ ਇਹਦਾ ਅੰਤਰ ਦੱਸੋ ਪਹਿਲਾਂ ਵੀ ਕਿਹੜੀ ਮਿਨਿਸਟਰੀ ਨੇ ਲਾਂਚ ਕੀਤੀ ਹੈ? ਚਾਈਲਡ ਡਿਵੈਲਪਮੈਂਟ ਨੇ, ਕਲਚਰ ਨੇ, ਕੋਆਪਰੇਸ਼ਨ ਨੇ ਜਾਂ ਫਿਰ ਹੋਮ ਅਫੇਅਰਸ ਨੇ? ਪ੍ਰਭਜੀਤ ਸਿੰਘ, 34 ਮੈਕਸੀਮਮ ਹੈ, ਇਸ ਟਾਈਮ 32 ਹੈ, 34 ਮੈਕਸੀਮਮ ਹੈ। ਹਾਂਜੀ ਅਮਨਪ੍ਰੀਤ, ਹਾਂਜੀ ਹਾਂਜੀ। ਤਾਂ ਜੀ ਬਿਲਕੁਲ, ਕਲਚਰ ਮਿਨਿਸਟਰ ਨੇ ਨਹੀਂ ਕੀਤਾ, ਮਿਨਿਸਟਰੀ ਦੀ ਗੱਲ ਕੀਤੀ ਹੈ। ਲਾਂਚ ਤਾਂ ਇੱਕ ਮਿਨਿਸਟਰ ਆਫ ਸਟੇਟ ਫਾਰ ਕਲਚਰ ਮੀਨਾਕਸ਼ੀ ਲੇਖੀ ਹੈ, ਉਹਨਾਂ ਨੇ ਕੀਤਾ ਇਹ। ਕਲਚਰ ਮਿਨਿਸਟਰ ਨੇ ਨਹੀਂ ਕੀਤਾ, ਮਿਨਿਸਟਰੀ ਹੈ ਇਹ, ਮਿਨਿਸਟਰ ਆਫ ਸਟੇਟ ਨੇ ਕਲਚਰ ਲਈ, ਮੀਨਾਕਸ਼ੀ ਲੇਖੀ ਉਹਨਾਂ ਨੇ ਲਾਂਚ ਕੀਤੀ ਹੈ। ਤਾਂ ਇਹਦੇ ਅੰਦਰ ਨਾ ਦੇਖੋ 20 ਨਾਂ ਨੇ, 20 ਨੇਮਸ ਹੈ। ਚਲੋ ਇੱਕ ਹੋਰ ਕੁਐਸਚਨ, ਤਾਂ ਇਹੀ ਹੈ ਵੀ ਇਹ ਰੀਸੈਂਟਲੀ ਰਿਲੀਜ਼ ਕੀਤੀ ਹੈ ਮਿਨਿਸਟਰੀ ਆਫ ਕਲਚਰ ਨੇ, ਤਾਂ ਇਹਦੇ ਕਿੰਨੇ ਐਡੀਸ਼ਨ ਆਉਣ ਜਾ ਰਹੇ ਨੇ? 21 ਆਊਗਾ, 2 ਆਣਗੇ, 3 ਆਣਗੇ ਜਾਂ ਫਿਰ 4 ਐਡੀਸ਼ਨ ਆਣਗੇ? ਕਿੰਨੇ ਐਡੀਸ਼ਨ ਆਣਗੇ ਇਹਦੇ? 1 ਆਊਗਾ, 2 ਆਣਗੇ, 3 ਆਣਗੇ ਜਾਂ ਫਿਰ 4 ਐਡੀਸ਼ਨ ਆਣਗੇ? ਹਾਂਜੀ ਅਮਨਪ੍ਰੀਤ, ਹਾਂ ਕਹਿ ਤਾਂ ਦਿੱਤਾ ਮੈਂ ਬਾਰ ਬਾਰ। ਕਿੰਨੇ ਐਡੀਸ਼ਨ ਆਣਗੇ? ਤਾਂ ਜੀ ਇਹਦੇ ਆਣਗੇ 3 ਐਡੀਸ਼ਨ, ਮੈਨੂੰ ਪਤਾ ਤੁਸੀਂ ਨਹੀਂ ਕੀਤਾ ਹੋਣਾ। ਤਾਂ ਜੀ 3 ਐਡੀਸ਼ਨ ਆਣਗੇ, ਹੁਣ ਤੱਕ 1 ਐਡੀਸ਼ਨ ਆਇਆ, ਹਰ ਐਡੀਸ਼ਨ ਵਿੱਚ ਅੱਡ ਅੱਡ ਵੁਮੈਨ ਬਾਰੇ ਗੱਲਾਂ ਹੋਣਗੀਆਂ। ਤਾਂ ਅੱਜ ਤੁਹਾਨੂੰ ਦੱਸ ਦਿੰਦਾ, ਪਹਿਲਾਂ ਤਾਂ ਇਹ ਕੁਝ ਗੱਲਾਂ ਇਹਨਾਂ ਬਾਰੇ ਪੜ੍ਹ ਲਓ। ਸੈਕਿੰਡ ਐਡੀਸ਼ਨ ਆਫ ਦਾ ਸੀਰੀਜ਼ ਪ੍ਰੋਗਰੈਸ ਵਿੱਚ ਹੈ, ਇਹਦੇ ਵਿੱਚ ਕੀ ਹੋਊਗਾ? 25 ਅਨਸੰਗ ਟ੍ਰਾਈਬਲ ਫਰੀਡਮ ਫਾਈਟਰਸ ਨੇ, 25 ਜਿਹੜੀ ਟ੍ਰਾਈਬਲ ਫਰੀਡਮ ਫਾਈਟਰਸ ਨੇ ਜਿਨ੍ਹਾਂ ਬਾਰੇ ਸਾਨੂੰ ਨਹੀਂ ਪਤਾ। ਤੇ 3rd ਐਂਡ ਦਾ ਫਾਈਨਲ ਐਡੀਸ਼ਨ ਵਿਲ ਕੰਟੇਨ 30 ਅਨਸੰਗ ਹੀਰੋਜ਼। ਤਾਂ ਜੀ ਅੱਡ ਅੱਡ ਵਿੱਚ ਇਹਨਾਂ ਨੇ ਹੈ ਸਾਰੇ ਫਰੀਡਮ ਫਾਈਟਰਸ ਵਗੈਰਾ ਹੀ, ਹੈ ਨਾ,
ਤੇ ਇਹ ਕਿੱਥੇ ਮਿਲ ਰਹੀ ਹੈ? ਇਹ ਅਮਰ ਚਿੱਤਰ ਕਥਾ ਐਪ ਹੈ, ਅਮਰ ਚਿੱਤਰ ਕਥਾ ਐਪ ਹੈ। ਇਹ ਮੈਂ ਕੱਲ ਡਾਊਨਲੋਡ ਕੀਤੀ, ਡਾਊਨਲੋਡ ਕਰਕੇ ਮੈਂ ਉਦੋਂ ਓਪਨ ਕਰਕੇ ਦੇਖੀ ਤਾਂ ਬਿਲਕੁਲ ਜਿੱਦਾਂ ਕੌਮਿਕਸ ਹੁੰਦੀ ਹੈ ਨਾ, ਕੌਮਿਕਸ ਕੌਮਿਕਸ ਵਾਂਗੂ ਬਣਾਈ ਹੋਈ ਹੈ। ਤਾਂ ਇਹਦੇ ਅੰਡਰ ਨਾ ਦੇਖੋ 20 ਨਾ 20 ਨੇਮਸ ਨੇ ਇਹਦੇ ਅੰਦਰ, ਦੇਖ ਸਕਦੇ ਤੁਸੀਂ। ਰਾਣੀ ਅੱਬਾ ਕਾ, ਵੇਲੂ ਨੱਚੀਆ, ਝਲਕਰੀ ਬਾਈ, ਮਤੰਗਿਰੀ ਹਾਜ਼ਰਾ, ਗੁਲਾਬ ਕੌਰ, ਚੱਕਲੀ ਲਾਮਾ, ਪਦਮਾਜਾ ਨਾਇਡੂ। ਤਾਂ ਟੋਟਲ 20 ਨੇਮਸ ਨੇ, 20 ਨੇਮਸ ਦੇ ਨਾਲ ਹਰ ਕਿਸੇ ਤੇ ਪੰਜ ਪੰਜ ਛੇ ਛੇ ਪੇਜ ਦੀ ਛੋਟਾ ਜਿਹਾ ਉਹਨਾਂ ਦੀ ਲਾਈਫ ਬਾਰੇ ਦੱਸਿਆ ਹੋਇਆ ਇਹਦੇ ਵਿੱਚ। ਤਾਂ ਜੀ ਦੇਖੋ ਮੈਂ ਤੁਹਾਨੂੰ ਇੱਕ ਦਾ ਨਾਂ ਦੱਸਣ ਜਾ ਰਿਹਾ, ਗੁਲਾਬ ਕੌਰ ਦਾ, ਕਿਉਂਕਿ ਪੰਜਾਬ ਤੋਂ ਇਹ ਨੇ ਸਿਰਫ ਇਹਦੇ ਵਿੱਚ। ਇੱਕ ਨਾਂ ਦੱਸੂਗਾ, ਕੀ ਨਾਂ ਉਹ? ਗੁਲਾਬ ਕੌਰ, ਠੀਕ ਹੈ ਜੀ। ਉਹਦੇ ਬਾਰੇ ਦੱਸਣ ਜਾ ਰਹੇ, ਬਾਕੀ ਤੁਸੀਂ ਇੱਕ ਵਾਰ ਡਾਊਨਲੋਡ ਜ਼ਰੂਰ ਕਰੋ। ਕਿਹੜੀ ਐਪ ਹੈ? ਅਮਰ ਚਿੱਤਰ ਕਥਾ ਐਪ ਹੈ, ਆਈਫੋਨ ਤੇ ਵੀ ਅਵੇਲੇਬਲ ਹੈ ਤੇ ਉਹ ਉੱਤੇ ਆਪਣੇ ਐਂਡਰਾਇਡ ਤੇ ਵੀ ਅਵੇਲੇਬਲ ਹੈ। ਤਾਂ ਗੁਲਾਬ ਕੌਰ ਬਾਰੇ ਦੱਸਣ ਜਾ ਰਿਹਾ, ਦੇਖੋ ਇਹ ਹੈ ਇਹੋ ਜਿਹੀ ਕੌਮਿਕਸ ਜੀ ਬਣਾਈ ਹੋਈ ਹੈ। ਤਾਂ ਇਹਨਾਂ ਨੂੰ ਮੈਂ ਤੁਹਾਨੂੰ ਛੋਟੇ ਵੀ ਦੱਸ ਦੇਣਾ। ਇਹਦੇ ਵੀ ਦੱਸਿਆ ਗੁਲਾਬ ਕੌਰ, ਇਹਨਾਂ ਦਾ ਜਨਮ ਹੋਇਆ ਸੀ ਸੰਗਰੂਰ ਵਿੱਚ ਹੋਇਆ ਸੀ, ਇਹਨਾਂ ਦਾ ਸੰਗਰੂਰ ਪੰਜਾਬ ਵਿੱਚ ਹੋਇਆ ਸੀ। ਫਿਰ ਇਹਨਾਂ ਦੀ ਜਦੋਂ ਵਿਆਹ ਹੋ ਗਿਆ, ਵਿਆਹ ਤੋਂ ਬਾਅਦ ਜਿਹੜਾ ਇਹਨਾਂ ਦਾ ਘਰ ਵਾਲਾ ਸੀ ਉਹ ਫਿਲੀਪੀਨਸ ਰਾਹੀਂ USA ਜਾਣ ਲੱਗਾ ਸੀ। ਕਿੱਥੇ ਜਾਣ ਲੱਗਾ ਸੀ? USA। ਤੇ ਫਿਰ ਜਦੋਂ ਫਿਲੀਪੀਨਸ ਗਏ, ਫਿਲੀਪੀਨਸ ਇਹਨਾਂ ਦਾ ਟਾਕਰਾ ਹੋਇਆ ਗਦਰ ਪਾਰਟੀ ਦੇ ਲੋਕਾਂ ਨਾਲ। ਗਦਰ ਪਾਰਟੀ ਯਾਦ ਹੈ ਤੁਹਾਨੂੰ, 1913 ਯਾਦ ਹੈ ਤੁਹਾਨੂੰ, ਗਦਰ ਪਾਰਟੀ। ਤਾਂ ਜੀ ਇਹਨਾਂ ਦਾ ਟਾਕਰਾ ਹੋਇਆ ਗਦਰ ਪਾਰਟੀ ਦੇ ਲੋਕਾਂ ਨਾਲ। ਫਿਰ ਇਹਨਾਂ ਨੂੰ ਪਤਾ ਲੱਗਾ ਕਿ ਅੱਛਾ ਕੀ ਗਦਰ ਪਾਰਟੀ ਇਹ ਸਭ ਕੁਛ ਕੰਮ ਕਰ ਰਹੀ ਹੈ। ਪੜ੍ਹਨ ਦੀ ਕੋਸ਼ਿਸ਼ ਨਾ ਕਰੋ, ਉਹ ਅਮਰ ਚਿੱਤਰ ਕਥਾ ਐਪ ਤੇ ਪੜ੍ਹਿਓ। ਤਾਂ ਇਹਨਾਂ ਨੂੰ ਪਤਾ ਲੱਗਿਆ ਅੱਛਾ ਇਹ ਕੰਮ ਕਰ ਰਹੀ ਹੈ। ਫਿਰ ਦੋਨੇ ਮੰਨ ਗਏ ਕਿ ਹਾਂਜੀ ਚਲੋ ਅਸੀਂ ਵੀ ਤੁਹਾਡੇ ਨਾਲ ਕਿ ਨਾ ਵਾਪਸ ਇੰਡੀਆ ਚੱਲਾਂਗੇ। ਬਟ ਇਹਨਾਂ ਦਾ ਜਿਹੜਾ ਘਰ ਵਾਲਾ ਸੀ, ਘਰ ਵਾਲਾ ਕਹਿੰਦਾ ਜੀ ਆਪਾਂ ਤਾਂ ਚੱਲੇ ਅਮਰੀਕਾ, ਦੇਖ ਲੈ ਤੂੰ ਆਪਣਾ ਜਿੱਦਾਂ ਕਰਨਾ ਚੱਲਣਾ ਕਿ ਨਹੀਂ। ਫਿਰ ਗੁਲਾਬ ਕੌਰ ਨੇ ਮਨਾ ਕਰਤਾ ਤੇ ਉਹ ਨਹੀਂ ਗਈ ਨਾਲ, ਤੇ ਉਹ ਵਾਪਸ ਆ ਗਈ ਇੰਡੀਆ। ਫਿਰ ਵਾਪਸ ਇੰਡੀਆ ਆ ਕੇ ਉਹਨੇ ਇੱਦਾਂ ਦੇਖ ਹੀ ਸਕਦੇ ਜਿੰਨਾ ਉਹਨੇ ਸਪੀਚ ਵਗੈਰਾ ਦਿੱਤੀ, ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ, ਥੋੜ੍ਹਾ ਜਿਹਾ ਅਵੇਅਰ ਕੀਤਾ ਹੋਰ ਇਹਨਾਂ ਬਾਰੇ ਕਿ ਗੋਰਿਆਂ ਬਾਰੇ ਕਰ ਕੀ ਰਹੇ। ਫਿਰ ਜਦੋਂ ਗੋਰਿਆਂ ਨੂੰ ਪਤਾ ਲੱਗਿਆ, ਉਹਨਾਂ ਨੂੰ ਅਰੈਸਟ ਕਰ ਲਿਆ, ਉਹਨਾਂ ਨੂੰ ਟੋਰਚਰ ਕੀਤਾ ਗਿਆ। ਫਿਰ 2 ਸਾਲਾਂ ਦੀ ਜੇਲ੍ਹ ਤੋਂ ਬਾਅਦ ਉਹ ਘਰੋਂ ਉਹਨਾਂ ਨੂੰ ਜਦੋਂ ਆਜ਼ਾਦ ਹੋਈ, ਆਜ਼ਾਦ ਹੋਣ ਤੋਂ ਬਾਅਦ ਵੀ ਦੁਬਾਰੇ ਵੀ ਜਦੋਂ ਜੇਲ੍ਹ ਤੋਂ ਨਿਕਲ ਗਈ, ਰਿਹਾ ਹੋਣ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਕੰਮ ਜਾਰੀ ਕੀਤਾ। ਤੇ ਫਿਰ ਉਹਨਾਂ ਦੀ ਕਦੋਂ ਡੈਥ ਹੋਈ? 1931 ਵਿੱਚ ਉਹਨਾਂ ਦੀ ਫਿਰ ਡੈਥ ਹੋ ਗਈ ਸੀ। ਤਾਂ ਜੀ ਇਹ ਸੀਗਾ ਕੁਛ ਨਾ ਗੁਲਾਬ ਕੌਰ ਦਾ, ਗੁਲਾਬ ਕੌਰ ਬਾਰੇ ਦੱਸਿਆ ਹੋਇਆ ਇਹਦੇ ਵਿੱਚ। ਇੰਪੋਰਟੈਂਟ ਨਾ ਹੋ ਜਾਂਦਾ, ਓਬਵੀਅਸ ਜੀ ਗੱਲ ਹੈ, ਪੰਜਾਬ ਤੋਂ ਹੈ, ਕਿੱਥੋਂ ਹੈ? ਸੰਗਰੂਰ ਤੋਂ। ਅਨਸੰਗ ਹੈ, ਸਾਨੂੰ ਵੀ ਨੀ ਪਤਾ ਸੀ ਓਬਵੀਅਸਲੀ। ਤਾਂ ਇਹ ਥੋੜਾ ਜਿਹਾ ਤੁਹਾਨੂੰ ਦੱਸਦਾ ਮੈਂ, ਐਪ ਜ਼ਰੂਰ ਡਾਊਨਲੋਡ ਕਰਕੇ ਦੇਖੋ, ਅਮਰ ਚਿੱਤਰ ਕਥਾ ਐਪ, ਉਹਦੇ ਵਿੱਚ ਦੱਸਿਆ ਹੋਇਆ, ਠੀਕ ਹੈ ਜੀ। ਤਾਂ ਜੀ ਇਹ ਹੋ ਗਏ ਜੀ ਅੱਜ ਦੇ ਕਰੰਟ ਅਫੇਅਰ ਸ਼ੁਰੂ ਹੋਣ। ਤਾਂ ਜੀ ਮੈਂ ਹੁਣ ਤੱਕ ਤੁਹਾਨੂੰ ਇੱਕ ਵਾਰ ਵੀ ਨਹੀਂ ਕਿਹਾ, ਤਾਂ ਜੀ ਹੁਣ ਇੱਕ ਵਾਰ ਸਾਰੇ ਜਣੇ ਰੱਜ ਕੇ ਜਿੱਥੇ ਕਰ ਸਕਦੇ ਇੱਕ ਵਾਰ ਸੈਸ਼ਨ ਨੂੰ ਸ਼ੇਅਰ ਕਰ ਦਿਓ, ਸਾਰੇ ਜਣੇ ਇੱਕ ਵਾਰ ਸੈਸ਼ਨ ਨੂੰ ਸ਼ੇਅਰ ਕਰ ਦਿਓ। 2-3-4 ਸੈਕਿੰਡ ਲੈ ਲਓ ਮੇਰੇ ਤੋਂ, ਇੱਕ ਵਾਰ ਹੁਣ ਸਾਰੇ ਜਣੇ ਸੈਸ਼ਨ ਨੂੰ ਸ਼ੇਅਰ ਕਰ ਦਿਓ। ਹੁਣ ਤੱਕ ਮੈਂ ਕਿਹਾ ਨਹੀਂ ਸੀ ਤੁਹਾਨੂੰ ਸ਼ੇਅਰ ਕਰਨ ਦਾ, ਹੁਣ ਸ਼ੁਰੂ ਹੋਣ ਜਾ ਰਹੇ ਨੇ ਸਾਡੇ 31 ਜਨਵਰੀ ਦੇ ਕਰੰਟ ਅਫੇਅਰ, ਮਤਲਬ 30 ਤੇ 31 ਜਨਵਰੀ ਦੇ ਕਰੰਟ ਅਫੇਅਰ ਹੋਣਗੇ ਹੁਣ, ਠੀਕ ਹੈ ਜੀ। ਹੁਣ ਆਪਾਂ ਕੀਤੀ ਸੀ ਕਿ ਰਿਵੀਜ਼ਨ, ਠੀਕ ਹੈ, ਨਹੀਂ ਬਫਰਿੰਗ ਤੋਂ ਨਹੀਂ ਹੈ, ਬਫਰਿੰਗ ਕਰਤਾ ਕੋਈ, ਠੀਕ ਹੈ ਜੀ। ਚਲੋ ਤਾਂ ਜੀ ਕੱਲ ਪਹਿਲੀ ਗੱਲ, ਆਸਟ੍ਰੇਲੀਅਨ ਓਪਨ ਹੋ ਗਿਆ। 4 ਸਲੈਮ ਹੁੰਦੇ ਨੇ, ਗ੍ਰੈਂਡ ਸਲੈਮ ਜਿਹਨਾਂ ਨੂੰ ਕਹਿੰਦੇ ਆਪਾਂ। ਪਹਿਲਾਂ ਹੁੰਦਾ ਆਸਟ੍ਰੇਲੀਅਨ ਓਪਨ, ਫਿਰ ਹੁੰਦਾ ਫ੍ਰੈਂਚ ਓਪਨ, ਫਿਰ ਹੁੰਦਾ ਹੈ UK ਯਾਨੀ ਕਿ ਵਿੰਬਲਡਨ ਓਪਨ, ਤੇ ਲਾਸਟ ਵਿੱਚ ਹੁੰਦਾ US ਓਪਨ। ਆਸਟ੍ਰੇਲੀਅਨ ਓਪਨ ਤੇ US ਓਪਨ ਹਾਰਡ ਕੋਰਟ ਤੇ ਖੇਡੇ ਜਾਂਦੇ ਨੇ, ਫ੍ਰੈਂਚ ਓਪਨ ਕਲੇ ਤੇ ਖੇਡਿਆ ਜਾਂਦਾ, ਤੇ UK ਓਪਨ ਗ੍ਰਾਸ ਤੇ ਖੇਡਿਆ ਜਾਂਦਾ, ਠੀਕ ਹੈ ਜੀ। ਇਹ ਬੇਸਿਕ ਜੀ ਗੱਲਾਂ ਇਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਇੰਗਲਿਸ਼ ਵਿੱਚ ਹੈ ਜੀ, ਇੰਗਲਿਸ਼ ਵਿੱਚ ਹੈ, ਠੀਕ ਹੈ। ਇਹ ਗੱਲਾਂ ਯਾਦ ਰੱਖਣੀਆਂ, US ਤੇ ਆਸਟ੍ਰੇਲੀਅਨ ਓਪਨ ਹਾਰਡ ਕੋਰਟ, ਫ੍ਰੈਂਚ ਓਪਨ ਕਲੇ ਤੇ UK ਓਪਨ ਗ੍ਰਾਸ ਤੇ। ਤਾਂ ਜੀ ਕੱਲ ਸਾਰਾ ਨਿਬੜ ਗਿਆ ਇਹ। ਤਾਂ ਜੀ ਜਿਹੜਾ ਮੈਨ ਦਾ ਟਾਈਟਲ ਹੈ ਉਹ ਮਿਲਿਆ ਜੀ ਰਫੈਲ ਨਡਾਲ ਨੂੰ ਮਿਲ ਗਿਆ। ਰਫੈਲ ਨਡਾਲ ਨੇ ਹਰਾਇਆ ਡੈਨੀਅਲ ਮੈਦਵੇਦੇਵ, ਜਿਹੜੀ ਕਿ ਰਸ਼ੀਆ ਤੋਂ ਬਿਲੋਂਗ ਕਰਦੇ ਨੇ, ਤੇ ਰਫੈਲ ਨਡਾਲ ਬਿਲੋਂਗ ਕਰਦੇ ਨੇ ਸਪੇਨ ਤੋਂ। ਓਬਵੀਅਸ ਜੀ ਗੱਲ ਹੈ, 5 ਘੰਟੇ ਤੋਂ ਜ਼ਿਆਦਾ ਮੈਚ ਚੱਲਿਆ, 5-6 ਘੰਟੇ ਦਾ ਮੈਚ ਚੱਲਿਆ ਇਹ। ਤਾਂ ਜੀ ਇਸ ਮੈਚ ਤੋਂ ਪਹਿਲਾਂ ਤੁਹਾਨੂੰ ਪਤਾ ਹੋਵੇ, ਰਫੈਲ ਨਡਾਲ ਹੋ ਗਏ, ਨੋਵਾਕ ਜੋਕੋਵਿਚ ਹੋ ਗਏ ਤੇ ਰੋਜਰ ਫੈਡਰਰ ਹੋ ਗਏ, ਇਹਨਾਂ ਤਿੰਨਾਂ ਦੇ 20-20-20 ਗ੍ਰੈਂਡ ਸਲੈਮ ਸੀਗੇ। ਮਤਲਬ ਕਿ ਗ੍ਰੈਂਡ ਸਲੈਮ ਕਿਹੜੇ ਹੁੰਦੇ? 4 ਹੀ ਹੁੰਦੇ ਆ, ਉਹ ਇਹਨਾਂ ਨੇ ਟੋਟਲ 20 ਵਾਰ ਜਿੱਤ ਲਏ ਸੀਗੇ। ਤਾਂ ਹੁਣ ਰਫੈਲ ਨਡਾਲ ਜੀ ਦੇ ਆਹ ਦੇਖੋ, ਇਹਨਾਂ ਦੇ ਇਹ ਤੋਂ ਪਹਿਲਾਂ 20 ਜੋਕੋਵਿਚ ਦੇ ਸੀਗੇ, 20 ਨਡਾਲ ਦੇ ਸੀਗੇ ਤੇ 20 ਫੈਡਰਰ ਦੇ ਸੀਗੇ, ਤੇ ਹੁਣ ਨਡਾਲ ਦੇ 20 ਤੋਂ ਵੱਧ ਕੇ 21 ਹੋ ਚੁੱਕੇ ਨੇ। ਇਹ ਰਿਕਾਰਡ ਹੈ, ਇਹ ਤੋਂ ਜ਼ਿਆਦਾ ਹੁਣ ਤੱਕ ਕਿਸੇ ਦੇ ਵੀ ਨਹੀਂ ਨੇ, ਠੀਕ ਹੈ ਜੀ। ਧਿਆਨ ਰੱਖਣਾ ਹੈ, ਰਫੈਲ ਨਡਾਲ ਜਿੱਤ ਚੁੱਕੇ ਨੇ, ਪਹਿਲਾਂ ਆਸਟ੍ਰੇਲੀਅਨ ਓਪਨ ਹਰਾਇਆ ਹੈ ਡੈਨੀਅਲ ਮੈਦਵੇਦੇਵ ਨੂੰ। ਕੁੜੀਆਂ ਦੀ ਗੱਲ ਕਰੀਏ, ਕੁੜੀਆਂ ਵਿੱਚ ਜਿੱਤੀ ਹੈ ਐਸ਼ਲੀ ਬਾਰਟੀ, ਇਹ ਆਸਟ੍ਰੇਲੀਅਨ ਹੀ ਹੈ ਕੁੜੀ, ਹੈ ਐਸ਼ਲੀ ਬਾਰਟੀ ਆਸਟ੍ਰੇਲੀਅਨ ਹੀ ਕੁੜੀ ਹੈ, ਇਹਨਾਂ ਬਾਰੇ ਤਾਂ ਬਹੁਤ ਜ਼ਿਆਦਾ ਗੱਲਾਂ। ਤਾਂ ਜੀ ਪਹਿਲੀ ਆਸਟ੍ਰੇਲੀਅਨ ਬਣੀ ਹੈ ਟੂ ਵਿਨ ਹੋਮ ਗ੍ਰੈਂਡ ਸਲੈਮ ਇਨ 44 ਸਾਲ ਆਫਟਰ ਕ੍ਰਿਸਟੀਨ ਓ ਨੀਲ ਇਨ 1979। ਤਾਂ ਜੀ ਆਸਟ੍ਰੇਲੀਆ ਵਾਲੇ ਨੇ, ਆਸਟ੍ਰੇਲੀਆ ਵਿੱਚ ਕਿਸੇ ਨੇ ਗ੍ਰੈਂਡ ਸਲੈਮ ਜਿੱਤਿਆ ਹੋਵੇ ਤਾਂ 44 ਈਅਰਸ ਬਾਅਦ ਹੋਇਆ ਇਹ। ਇਹ ਤੋਂ ਪਹਿਲਾਂ 1978 ਵਿੱਚ ਕ੍ਰਿਸਟੀਨ ਓ ਨੀਲ ਨੇ ਜਿੱਤਿਆ ਸੀ, ਤੇ ਇਹਨਾਂ ਨੇ ਹਰਾਇਆ ਜੀ ਅਮੈਰੀਕਨ ਨੇ ਡੈਨੀਅਲ ਕੋਲਿਨਸ ਨੂੰ। ਕਿਹਨੂੰ ਹਰਾਇਆ? ਅਮੈਰੀਕਨ ਜਿਹਦਾ ਹੈ ਡੈਨੀਅਲ ਕੋਲਿਨਸ ਨੂੰ, ਉਹਨੂੰ ਹਰਾਇਆ ਇਹਨਾਂ ਨੇ। ਤਾਂ ਇਹਨਾਂ ਬਾਰੇ ਕੁਛ ਗੱਲਾਂ ਤੁਸੀਂ ਧਿਆਨ ਰੱਖਣੀ ਹੈ। ਇਹ ਸਾਰਾ ਨਹੀਂ
ਉਹੀ ਰਿਪੀਟ ਨੇ ਗੱਲਾਂ ਇਜ਼ ਦ ਫਸਟ ਵੁਮਨ ਟੂ ਵਿਨ ਅ ਗ੍ਰੈਂਡ ਸਲੈਮ ਟਾਈਟਲ ਇਨ ਹਰ ਹੋਮ ਕੰਟਰੀ ਸਿੰਸ ਸਟੀਫਨਸ ਐਟ ਦਾ ਯੂਐਸ ਓਪਨ ਇੱਕ ਇਹ ਤਾਂ ਜੀ ਵਰਲਡ ਦੀ ਰੈਂਕ ਫਸਟ ਰੈਂਕ ਵਰਲਡ ਸ਼ੀ ਇਜ਼ ਦ ਫਸਟ ਨੰਬਰ 1 ਰੈਂਕਡ ਵੁਮਨਸ ਪਲੇਅਰ ਟੂ ਕਲਿੰਚ ਦਾ ਟਾਈਟਲ ਐਟ ਆਸਟ੍ਰੇਲੀਅਨ ਓਪਨ ਇਨ ਸਿੰਸ ਸਰੀਨਾ ਇਨ 2015 ਤਾਂ ਜੀ ਐਕਟਿਵ ਜਿਹੜੀ ਪਲੇਅਰ ਹੈ ਤੇ ਉਹ ਤਿੰਨੇ ਜਿਹੜੇ ਸਰਫੇਸ ਹੁੰਦੇ ਹਾਰਡ ਕੋਰਟ ਹੁੰਦਾ ਕਲੇ ਹੁੰਦਾ ਤੇ ਗ੍ਰਾਸ ਹੁੰਦਾ ਉਹਨਾਂ ਉੱਤੇ ਜਿੱਤਣ ਵਾਲੀ ਪਹਿਲੀ ਕੁੜੀ ਬਣ ਚੁੱਕੀ ਹੈ ਇਹ ਇੱਕ ਵਾਰ ਪੜ੍ਹ ਲਿਓ ਇਹ ਤੁਹਾਡੇ ਇੰਟਰਟੇਨਮੈਂਟ ਲਈ ਹੈ ਥੋੜਾ ਜਿਹਾ ਵਧੀਆ ਲੱਗਦਾ ਨਾ ਫੈਕਟ ਜਿਹੜੇ ਹੁੰਦੇ ਨਾ ਕਿ ਡਿਡ ਯੂ ਨੋ ਟਾਈਪ ਇਹ ਉਹੋ ਜਿਹਾ ਇੱਕ ਵਾਰ ਆਪ ਪੜ੍ਹ ਲਿਓ ਇਹਨੂੰ ਹੋਰ ਕੁਛ ਨਹੀਂ ਇਹਦੇ ਵਿੱਚ ਇਹ ਪਹਿਲੀ ਤਿੰਨ ਚੀਜ਼ਾਂ ਯਾਦ ਰੱਖ ਲਓ 1 2 3 ਤੇ 4 ਇਹ ਚਾਰ ਚਾਰ ਯਾਦ ਰੱਖ ਲਿਓ ਠੀਕ ਹੈ 1 2 3 4 ਇਹ ਚਾਰੇ ਬਸ ਧਿਆਨ ਰੱਖ ਲਿਓ ਉਹ ਤੋਂ ਬਾਅਦ ਬਾਕੀ ਕੋਈ ਲੋੜ ਨਹੀਂ ਚਲੋ ਤਾਂ ਜੀ ਆਪਾਂ ਡਬਲਸ ਦੀ ਗੱਲ ਕਰੀਏ ਮੈਨ ਡਬਲਸ ਦੀ ਗੱਲ ਕਰੀਏ ਤਾਂ ਇਹ ਜਿੱਤਿਆ ਜੀ ਕੋਕਿਨਾਸ ਤੇ ਕਿਰਗੀਓਸ ਨੇ ਇਹਨਾਂ ਨੇ ਹਰਾਇਆ ਐਵਿਡੈਂਟ ਤੇ ਪਰਸੈਲ ਨੂੰ ਤੇ ਚਾਰੇ ਦੇ ਚਾਰੇ ਇਹ ਆਸਟ੍ਰੇਲੀਆ ਤੋਂ ਹੀ ਬਿਲੋਂਗ ਕਰਦੇ ਸੀ ਦੋਵੇਂ ਮੁੰਡੇ ਵੀ ਆਸਟ੍ਰੇਲੀਆ ਦੇ ਸੀਗੇ ਤੇ ਦੂਜੇ ਪਾਸੇ ਮੁੰਡੇ ਦੋਨੇ ਆਸਟ੍ਰੇਲੀਆ ਦੇ ਸੀਗੇ ਠੀਕ ਹੈ ਚਲੋ ਤੇ ਆਹ ਦੇਖੋ ਨਿਕ ਕਿਰਗੀਓਸ ਐਂਡ ਥਨਾਸੀ ਕੋਕਿਨਾਕਿਸ ਇਹਨਾਂ ਨੂੰ ਕਿਹਾ ਜਾਂਦਾ ਸਪੈਸ਼ਲ ਕੇਸ ਤੁਹਾਡੇ ਕੋਲ ਪੇਪਰ ਚ ਆ ਸਕਦਾ ਸਵਾਲ ਕਿ ਸਪੈਸ਼ਲ ਕੇਸ ਕੀ ਹੈ ਤਾਂ ਜੀ ਇਹ ਧਿਆਨ ਰੱਖਣਾ ਨਿਕ ਕਿਰਗੀਓਸ ਤੇ ਥਨਾਸੀ ਕੋਕਿਨਾਕਿਸ ਇਹ ਦੋਨੇ ਆਸਟ੍ਰੇਲੀਅਨ ਨੇ ਇਹਨਾਂ ਨੇ ਆਸਟ੍ਰੇਲੀਅਨ ਨੂੰ ਹੀ ਹਰਾਇਆ ਮੈਟ ਐਬਡਨ ਤੇ ਮੈਕਸ ਪਰਸੈਲ ਨੂੰ ਕਹਦੇ ਵਿੱਚ ਮੈਨਸ ਡਬਲ ਦੇ ਟਾਈਟਲ ਵਿੱਚ ਠੀਕ ਹੈ ਮੈਨ ਡਬਲ ਦਾ ਟਾਈਟਲ ਜਿੱਤਿਆ ਇਹਨਾਂ ਨੇ ਠੀਕ ਹੈ ਇਹ ਧਿਆਨ ਰੱਖਣਾ ਸਾਰਾ ਤੇ ਫਿਰ ਆਪਾਂ ਵੁਮੈਨ ਡਬਲ ਦੀ ਗੱਲ ਕਰ ਲਈ ਤਾਂ ਵੁਮੈਨ ਡਬਲ ਦਾ ਟਾਈਟਲ ਜਿੱਤਿਆ ਚੈਕ ਰਿਪਬਲਿਕ ਦੀ ਨੇ ਬਾਰਬਰਾ ਕ੍ਰੈਚੀਕੋਵਾ ਤੇ ਕੈਟਰੀਨਾ ਸਿਨਿਆਕੋਵਾ ਇਹ ਦੋਨੇ ਬਾਰਬਰੋ ਤੇ ਕੈਟਰੀਨਾ ਸਿਨਿਆਕੋਵਾ ਇਹ ਦੋਨੇ ਚੈੱਕ ਰਿਪਬਲਿਕ ਨੇ ਇਹਨਾਂ ਨੇ ਹਰਾਇਆ ਐਨਾ ਡੈਨਾਲੀਨਾ ਤੇ ਬਿਆਟਰੀਸ ਹਦਾਦ ਮਾਇਆ ਇਹ ਕਜ਼ਾਕਿਸਤਾਨ ਤੋਂ ਬਿਲੋਂਗ ਕਰਦੀ ਹੈ ਤੇ ਬ੍ਰਾਜ਼ੀਲ ਤੋਂ ਬਿਲੋਂਗ ਕਰਦੀ ਹੈ ਹੋਊਗਾ ਕਰਾ ਕੁਛ ਠੀਕ ਹੈ ਚਲੋ ਤੇ ਏਦਾਂ ਹੀ ਮਿਕਸ ਡਬਲ ਦੀ ਗੱਲ ਕਰ ਲੈਂਦੇ ਹਾਂ ਫਰਾਂਸ ਦੇ ਨੇ ਕ੍ਰਿਸਟੀਨਾ ਲੈਂਡੋਨੋਵਿਕ ਕ੍ਰੋਏਸ਼ੀਆ ਦੀ ਇਵਾਨ ਡੋਡਿਜ ਇਹਨਾਂ ਨੂੰ ਬਣਾਇਆ ਗਿਆ ਇਹ ਜਿੱਤੇ ਨੇ ਮਿਕਸ ਡਬਲ ਠੀਕ ਹੈ ਜੀ ਤੇ ਹੁਣ ਤੁਹਾਡੇ ਲਈ ਕਰਕਸ ਜਿਹਾ ਆ ਗਿਆ ਇਹ ਹੈ ਹੁਣ ਇਹ ਟੇਬਲ ਤੁਸੀਂ ਧਿਆਨ ਚ ਰੱਖਣਾ ਬਾਕੀ ਮੈਨੂੰ ਪਤਾ ਤੁਸੀਂ ਸੋਚ ਰਹੇ ਹੋ ਸਰ ਨਾ ਬਹੁਤ ਕੱਬੇ ਕੱਬੇ ਨੇ ਹਾਂਜੀ ਨਾ ਬਹੁਤ ਕੱਬੇ ਕੱਬੇ ਨੇ ਹੁਣ ਕੀ ਕਰੀਏ ਨਾਵਾਂ ਦਾ ਤਾਂ ਗ੍ਰੀਨ ਸਕਰੀਨ ਡਿੱਗੂਗੀ ਮੇਰੀ ਦੇਖੋ ਹਾਂਜੀ ਨਾ ਬਹੁਤ ਕੱਬੇ ਕੱਬੇ ਨੇ ਇਹ ਤੁਹਾਡੇ ਲਈ ਮੈਂ ਕਰਕਸ ਜਿਹਾ ਬਣਾਤਾ ਤੁਸੀਂ ਇੱਥੋਂ ਦੇਖ ਲੈਣਾ ਠੀਕ ਹੈ ਰਫੇਲ ਨਡਾਲ ਵਿਨਰ ਨੇ ਇਹ ਰਨਰ ਅਪ ਨੇ ਤੇ ਟਾਈਟਲ ਕਿਹੜਾ ਮਿਲਿਆ ਇਹਨਾਂ ਨੂੰ ਤਾਂ ਜੀ ਰਫੇਲ ਨਡਾਲ ਡੈਨੀਅਲ ਮੈਡਵੇਡੇਵ ਮੈਨ ਸਿੰਗਲ ਜਿੱਤੇ ਨੇ ਆਸ਼ਰੀ ਵਾਰਟੀ ਡੈਨੀਅਲ ਕਾਲਜ ਨੂੰ ਹਰਾ ਕੇ ਵੁਮੈਨ ਸਿੰਗਲ ਜਿੱਤੀ ਹੈ ਨਿਕ ਕਿਰਗੀਓਸ ਥਨਾਸੀ ਕੋਕਿਨਾਕਿਸ ਇਹ ਮੈਨਸ ਡਬਲ ਬਾਰਬੋਰਾ ਕ੍ਰੈਚੀਕੋਵਾ ਤੇ ਕੈਟਰੀਨਾ ਸਿਨਿਆਕੋਵਾ ਵੁਮੈਨ ਡਬਲ ਤੇ ਕ੍ਰਿਸਟਲੀਨਾ ਮਿਲਾਡਨੋਵਿਕ ਤੇ ਇਵਾਨ ਡੋਡਿਜ ਮਿਕਸ ਡਬਲ ਠੀਕ ਹੈ ਜੀ ਤੇ ਮੂਹਰੇ ਉਹਨਾਂ ਦੀਆਂ ਕੰਟਰੀਆਂ ਵੀ ਲਿਖੀਆਂ ਹੋਈਆਂ ਨੇ ਠੀਕ ਹੈ ਉਹ ਇਹ ਨਹੀਂ ਯਾਦ ਰੱਖਣਾ ਯਾਰ 7564445 78 ਨਹੀਂ ਇਹ ਆਪਾਂ ਯਾਦ ਨਹੀਂ ਕਰਨਾ ਇਹ ਸਿਰਫ ਤੁਹਾਡੇ ਲਈ ਹੈ ਵੀ ਯਾਰ ਜਿੱਦਾਂ ਨਿਊਜ਼ ਪੇਪਰ ਵਿੱਚ ਪੜ੍ਹਦੇ ਹਾਂ ਥੋੜਾ ਜਿਹਾ ਪਤਾ ਵਧੀਆ ਲੱਗਦਾ ਨਾ ਇਨਫੋਰਮੇਸ਼ਨ ਵੀ ਇੰਡੀਆ ਅੱਛਾ ਜਿੱਤ ਗਿਆ ਕਿੰਨੇ ਰਨਾਂ ਨੂੰ ਜਿੱਤ ਗਿਆ ਕਿੰਨੀ ਵਿਕਟਾਂ ਜਿੱਤ ਗਿਆ ਉਹ ਜਿਹਾ ਹਿਸਾਬ ਯਾਦ ਨਹੀਂ ਕਰਨਾ ਇਹ ਨੇ ਜਿਹੜੀ ਯਾਦ ਕਰਨ ਵਾਲੀ ਚੀਜ਼ਾਂ ਤੁਹਾਡੇ ਅੱਗੇ ਮੈਂ ਰੱਖ ਦਿੱਤੀਆਂ ਠੀਕ ਹੈ ਜੀ ਬਾਜੀ ਹੁਣ ਇੱਕ ਗੁਜ਼ਾਰਿਸ਼ ਹੈ ਤੁਹਾਡੇ ਲਈ ਟੇਬਲ ਬਣਾਤਾ ਤੁਹਾਨੂੰ ਹੋਰ ਇੱਧਰ ਉੱਧਰ ਹੁਣ ਚੈੱਕ ਕਰਨ ਦੀ ਲੋੜ ਨਹੀਂ ਪਊਗੀ ਗੂਗਲ ਕਰ ਕਰਕੇ ਬਸ ਹੁਣ ਇਸੇ ਗੱਲ ਤੇ ਇੱਕ ਵਾਰ ਸੈਸ਼ਨ ਨੂੰ ਸਾਰੇ ਜਣੇ ਲਾਈਕ ਕਰ ਦਿਓ ਸਾਰੇ ਜਣੇ ਇੱਕ ਵਾਰ ਦੱਬ ਕੇ ਲਾਈਕ ਕਰ ਦਿਓ ਜਿਹਨੇ ਹੁਣ ਤੱਕ ਨਹੀਂ ਕੀਤੀ ਠੀਕ ਹੈ ਸਕਰੀਨ ਡਿੱਗਣ ਵਾਲੀ ਮੈਨੂੰ ਲੱਗਾ ਡਿੱਗੀ ਨਾ ਗਈ ਹੋਵੇ ਅੱਧੀ ਤਾਂ ਡਿੱਗੀ ਕੋਈ ਚੱਕਰ ਨੀ ਦੇਖਦੇ ਹਾਂ ਕਦੋਂ ਤੱਕ ਚੱਲਦੀ ਹੈ ਪੂਰੀ ਚਲੋ ਤਾਂ ਜੀ ਚੇਨਈ ਸੁਪਰ ਕਿੰਗ ਬਣ ਚੁੱਕੀ ਹੈ ਇੰਡੀਆ ਦੀ ਪਹਿਲੀ ਫਸਟ ਯੂਨੀਕੋਰਨ ਸਪੋਰਟਸ ਐਂਟਰਪ੍ਰਾਈਜ਼ ਤਾਂ ਜੀ ਪਹਿਲੀ ਸਪੋਰਟਸ ਯੂਨੀਕੋਰਨ ਬਣ ਚੁੱਕੀ ਹੈ ਮਤਲਬ ਕਿ $1 billion ਦੀ ਇਹਦੀ ਮਾਰਕੀਟ ਕੈਪ ਹੋ ਚੁੱਕੀ ਹੈ ਹੁਣ ਤੁਸੀਂ ਕਹੋਗੇ ਸਰ ਇਹ ਟੀਮਾਂ ਦੀ ਵੀ ਮਾਰਕੀਟ ਕੈਪ ਹੋਣ ਲੱਗੀ ਇਹਨੂੰ ਕਹਿੰਦੇ ਆ ਵੀ ਇਹਨਾਂ ਦੀ ਵੈਲੂਏਸ਼ਨ ਇੰਨੀ ਹੋ ਗਈ ਵੀ ਇੰਨੀ ਮਹਿੰਗੀ ਟੀਮ ਹੈ ਇਹਦੇ ਬ੍ਰਾਂਡ ਐਂਡੋਰਸਮੈਂਟ ਇੰਨੀਆਂ ਨੇ ਇਹਦੇ ਜਿਹੜੇ ਪਲੇਅਰਸ ਨੇ ਉਹਨਾਂ ਦੀ ਵੈਲੂਏਸ਼ਨ ਕਿੰਨੀ ਹੈ ਤਾਂ ਜੀ ਟੀਮ ਦੀ ਵੈਲੂਏਸ਼ਨ ਹੋ ਗਈ ਹੈ $1 billion ਹੋ ਚੁੱਕੀ ਹੈ ਤੇ ਇਹ ਜਿਹੜੀ ਇਹਨਾਂ ਦੀ ਪੇਰੈਂਟ ਕੰਪਨੀ ਹੈ ਨਾ ਕਿਹੜੀ ਹੈ ਇੰਡੀਆ ਸੀਮੈਂਟਸ ਇਹਨਾਂ ਦੀ ਪੇਰੈਂਟ ਕੰਪਨੀ ਦਾ ਨਾਂ ਹੈ ਇੰਡੀਆ ਸੀਮੈਂਟਸ ਠੀਕ ਹੈ ਇਹਨਾਂ ਦੀ ਪੇਰੈਂਟ ਕੰਪਨੀ ਦਾ ਨਾਂ ਹੈ ਇੰਡੀਆ ਸੀਮੈਂਟਸ ਇਹ ਤੋਂ ਵੀ ਵੱਡੀ ਜ਼ਿਆਦਾ ਵੈਲੂਏਸ਼ਨ ਹੋ ਚੁੱਕੀ ਹੈ ਇਹਦੀ ਇੱਕ ਮਿੰਟ ਦੋ ਮੈਨੂੰ ਠੀਕ ਕਰ ਲੈਂਦਾ ਮੈਂ ਯਾਰ ਇਹ ਨਾ ਨਿਤ ਪ੍ਰੋਬਲਮ ਕਰੀ ਜਾਊਗਾ ਬਾਰ ਬਾਰ ਇਹ
हाँ जी फिर ये ना देखो चेन्नई सुपर किंग्स जी टीम है आईपीएल की टीम है इस बार अपना चौथा टाइटल फोर्थ टाइटल जीती है टीम कितने के फोर्थ टाइटल जीती है जिहड़ा कि इतने यूएई विच होया सी ਤਾਂ ਇਹਦੀ ਜਿਹੜੀ ਵੈਲਿਊਏਸ਼ਨ ਹੈ ਇਹਦੀ ਜਿਹੜੀ ਪੇਰੈਂਟ ਕੰਪਨੀ ਹੈ ਇੰਡੀਆ ਸੀਮੈਂਟਸ ਉਹ ਉਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਤਾਂ ਇਹ ਦੇਖੋ ਗੱਲਾਂ ਕੁਝ ਕਹਿੰਦੇ ਚਾਈਨਾ ਚੇਨਈ ਚੇਨਈ ਸੁਪਰ ਕਿੰਗ ਇਹ ਕੰਟਰੀ ਦੀ ਪਹਿਲੀ ਸਪੋਰਟਸ ਯੂਨੀਕੋਰਨ ਬਣ ਚੁੱਕੀ ਹੈ ਇੱਕ ਬਿਲੀਅਨ ਡਾਲਰ ਦੀ ਇਹਦੀ ਵੈਲਿਊਏਸ਼ਨ ਹੋ ਚੁੱਕੀ ਹੈ ਇਹਦਾ ਜਿਹੜਾ ਵੈਲਿਊਏਸ਼ਨ ਹੈ 7600 ਕਰੋੜ ਟੱਚ ਕਰ ਚੁੱਕਾ ਹੈ ਜਦੋਂ ਕਿ ਜਿਹੜੀ ਪੇਰੈਂਟ ਕੰਪਨੀ ਹੈ ਉਹ ਹਜੇ 6869 ਕਰੋੜ ਤੇ ਪਹੁੰਚ ਰਹੀ ਹੈ ਤੁਸੀਂ ਦੇਖ ਰਹੇ ਹੋ ਆਵਾਜ਼ ਨਹੀਂ ਆ ਰਹੀ ਆ ਰਹੀ ਆਵਾਜ਼ ਆ ਰਹੀ ਆਵਾਜ਼ आ रही आवाज आ रही आ रही है एक बार अपना बंद करके करो जिन्हों आवाज नहीं आ रही जे ठीक है ये ध्यान रखना चेन्नई सुपर किंग बन चुकी है फोर्थ टाइटल जीते ने इस बार के केकेआर नूं हरा के केकेआर नूं हराया सी किन्नूं हराया सी चलो तां जी पुष्प कुमार जोशी ये बन चुके हैं नवे चेयरमैन की दे एचपीसीएल यानी कि हिंदुस्तान पेट्रोलियम कारपोरेशन लिमिटेड दे ये भी एक महारत्ना कंपनी जिदा आप गल की सी महारत्ना बारे थोनों मैं दस चुका भी क्राइटेरिया किहो जिहा हुंदा जिहड़ा महारत्ना दा हुंदा ਤਾਂ ਇਹ ਤੋਂ ਪਹਿਲਾਂ ਆਪਾਂ ਕੀਤੀ ਸੀ ਗੱਲ ਉਸ ਦਿਨ ਕੀਤੀ ਸੀ ਆਪਾਂ ਇੰਡੀਅਨ ਆਇਲ ਦੀ ਹੈ ਨਾ ਤਾਂ ਪੁਸ਼ਪ ਕੁਮਾਰ ਜੋਸ਼ੀ ਬਣ ਚੁੱਕੇ ਨੇ ਐਚਪੀਸੀਐਲ ਦੇ ਇਹ ਬਣੀ ਸੀ ਦੇਖੋ 1974 ਵਿੱਚ ਬਣੀ ਸੀ 48 ਸਾਲ ਪਹਿਲਾਂ ਤੇ ਇਹਨੂੰ ਜਿਹੜਾ ਮਹਾਰਤਨਾ ਦਾ ਸਟੇਟਸ ਹੈ ਹੁਣ ਰੀਸੈਂਟਲੀ 2019 ਵਿੱਚ ਹੀ ਮਿਲਿਆ ਕਦੋਂ ਮਿਲਿਆ 2019 ਵਿੱਚ ਹੀ ਮਿਲਿਆ ਇੱਕ ਵਾਰ ਯਾਰ ਸੈਸ਼ਨ ਨੂੰ ਸ਼ੇਅਰ ਕਰ ਦਿਓ ਯਾਰ ਨਾਲ ਨਾਲ ਲਾਈਕ ਕਰ ਦਿਓ ਯਾਰ ਇੱਕ ਇੰਨਾ ਕਰ ਦਿਆ ਕਰੋ ਦੇਖੋ ਇਹ ਮੇਰਾ ਦੇਖ ਰਹੇ ਹੋ ਤੁਸੀਂ ਇਹ ਗ੍ਰੀਨ ਸਕਰੀਨ ਡਿੱਗਣ ਲੱਗੀ ਸੀ ਥੋੜਾ ਜਿਹਾ ਪ੍ਰੋਬਲਮ ਪੈ ਜਾਂਦੀ ਪਤਾ ਚੱਕਰ ਕੀ ਹੁੰਦਾ ਹੋਰ ਕੁਝ ਨਹੀਂ ਆਲਸੀ ਉਲਸੀ ਬਾਰੇ ਗੱਲਾਂ ਨਹੀਂ ਆ ਇਹ ਥੋੜਾ ਜਿਹਾ ਪ੍ਰੈਜੈਂਟੇਬਲ ਲੱਗਦਾ ਪ੍ਰੈਜੈਂਟੇਬਲ ਲੱਗਦਾ ਥੋੜਾ ਜਿਹਾ ਵਧੀਆ ਨਾ ਇਹ ਹੈ ਨਾ ਇੱਕ ਦੇ ਘਰਦੇ ਨੇ ਵੀ ਰੌਲਾ ਪਾਇਆ ਵਾ ਸਵੇਰੀ ਸਵੇਰ ਇਹਨਾਂ ਦਾ ਵੀ ਕੀ ਕਰੀਏ ਚਲੋ ਤਾਂ ਜੀ ਇੰਡੀਆ ਦਾ ਲਾਰਜੈਸਟ ਈਵੀ ਚਾਰਜਿੰਗ ਸਟੇਸ਼ਨ ਓਪਨ ਡੈਟ ਗੁੜਗਾਓ ਇਹ ਮੈਨੂੰ ਸਮਝ ਨਹੀਂ ਆਇਆ ਮੈਨੂੰ ਤੁਹਾਨੂੰ ਯਾਦ ਹੋਊਗਾ 2 ਦਿਨ ਪਹਿਲਾਂ ਮੈਂ ਕੀਤਾ ਸੀ ਵੀ ਇੰਡੀਆ ਦਾ ਲਾਰਜੈਸਟ ਈਵੀ ਚਾਰਜਿੰਗ ਹੱਬ ਹੁਣ ਮੈਨੂੰ ਨਹੀਂ ਪਤਾ ਹੱਬ ਤੇ ਸਟੇਸ਼ਨ ਵਿੱਚ ਕੀ ਫਰਕ ਪੈਂਦਾ ਤਾਂ ਜੀ ਈਵੀ ਦਾ ਜਿਹੜਾ ਇਲੈਕਟ੍ਰਿਕ ਵਹੀਕਲ ਦਾ ਚਾਰਜਿੰਗ ਹੱਬ ਸੀਗਾ ਉਹ ਤਾਂ ਸਭ ਤੋਂ ਵੱਡਾ ਦਿੱਲੀ ਬਣਾਇਆ ਸੀ ਇਹਨਾਂ ਨੇ ਕਿਹਨਾਂ ਕਿਹਨਾਂ ਨੇ ਜੀਓ ਤੇ ਭਾਰਤ ਪੈਟਰੋਲੀਅਮ ਨੇ ਮਿਲ ਕੇ ਤਾਂ ਹੁਣ ਇੱਕ ਆਈ ਗੱਲ ਕਹਿੰਦੇ ਈਵੀ ਚਾਰਜਿੰਗ ਸਟੇਸ਼ਨ ਓਪਨ ਹੋ ਗਿਆ ਗੁੜਗਾਓਂ ਇਹ ਨਹੀਂ ਹੈ ਮੈਨੂੰ ਪਤਾ ਹੁਣ ਦੁਬਾਰੇ ਇਹਨਾਂ ਦੇ ਵਿੱਚ ਫਰਕ ਕੀ ਹੈ ਬਟ ਜੇ ਤੁਸੀਂ ਧਿਆਨ ਰੱਖਿਓ ਜੇ ਹੱਬ ਪੁੱਛਿਆ ਜਾਵੇ ਤਾਂ ਦਿੱਲੀ ਕਰਨਾ ਹੈ ਜੇ ਸਟੇਸ਼ਨ ਪੁੱਛਿਆ ਜਾਵੇ ਤਾਂ ਗੁੜਗਾਓਂ ਕਰਨਾ ਹੈ ਠੀਕ ਹੈ ਇਹ ਕਿਹਨੇ ਕੀਤਾ ਇਹ ਕੰਪਨੀ ਹੈ ਜਿਹਦਾ ਨਾਂ ਹੈ ਇਲੈਕਟ੍ਰੀਫਾਈ ਅੱਗੇ ਕੀਤਾ ਹੋਇਆ ਲਿਖਾ ਨਹੀਂ ਲਿਖਿਆ ਨਹੀਂ ਇਹ ਕੀਤਾ ਕਿਹਨੇ ਕੰਪਨੀ ਹੈ ਜਿਹਦਾ ਨਾਂ ਹੈ ਇਲੈਕਟ੍ਰੀਫਾਈ ALEKTRIFY ਇਲੈਕਟ੍ਰੀਫਾਈ ਕਰਕੇ ਕੰਪਨੀ ਹੈ ਇਹਨਾਂ ਨੇ ਕੀਤਾ ਹੈ ਤੇ ਇੱਥੇ ਕਹਿੰਦੇ 100 ਪੋਰਟਸ ਨੇ ਇੱਥੇ 100 ਗੱਡੀਆਂ ਕੱਠ ਖੜੀ ਹੋ ਕੇ ਚਾਰਜ ਹੋ ਸਕਦੀਆਂ ਨੇ ਬਣਿਆ ਕਿੱਥੇ ਤੁਹਾਡੇ ਤੋਂ ਪੁੱਛਿਆ ਜਾਵੇ ਤਾਂ ਜੀ ਦਿੱਲੀ ਜੈਪੁਰ ਹਾਈਵੇ ਤੇ ਬਣਿਆ ਇਹ ਜਿਹੜਾ ਚਾਰਜਿੰਗ ਹੱਬ ਚਾਰਜਿੰਗ ਸਟੇਸ਼ਨ ਬਣਿਆ ਠੀਕ ਹੈ ਧਿਆਨ ਰੱਖਣਾ ਚਾਰਜਿੰਗ ਹੱਬ ਦਿੱਲੀ ਵਿੱਚ ਹੈ ਜਿਹੜਾ ਕਿ ਜੀਓ ਤੇ ਭਾਰਤ ਪੈਟਰੋਲੀਅਮ ਨੇ ਬਣਾਇਆ ਤੇ ਚਾਰਜਿੰਗ ਸਟੇਸ਼ਨ ਦੀ ਗੱਲ ਕਰੀਏ ਤਾਂ ਉਹ ਗੁੜਗਾਓਂ ਵਿੱਚ ਹੈ ਜਿਹੜਾ ਕਿਹਨੇ ਬਣਾਇਆ ਇਲੈਕਟ੍ਰੀਫਾਈ ALEKTRIFY ਠੀਕ ਹੈ ਜੀ ਹੱਬ ਸਰ ਬਹੁਤ ਸਾਰੇ ਸਟੇਸ਼ਨ ਹੁੰਦੇ ਚਲੋ ਤਾਂ ਜੀ ਵਰਲਡ ਦਾ ਲਾਰਜੈਸਟ ਕੈਨਲ ਲੋਕ ਅਨਵੀਲ ਕੀਤਾ ਜਾ ਚੁੱਕਾ ਹੈ ਨੀਦਰਲੈਂਡ ਵਿੱਚ ਤਾਂ ਜੀ ਨੀਦਰਲੈਂਡ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਨਹਿਰ ਦੇ ਤਾਲੇ ਦਾ ਉਦਘਾਟਨ ਕੀਤਾ ਗਿਆ ਹੈ ਨਹਿਰ ਦਾ ਤਾਲਾ ਤੁਹਾਨੂੰ ਜਿੱਦਾਂ ਸ਼ਿਪਸ ਵਗੈਰਾ ਉਹ ਕਰਦੀ ਹੈ ਇੱਕ ਵਾਰ ਨਾ ਤੁਸੀਂ ਗੂਗਲ ਕਰਕੇ ਦੇਖਿਓ ਵੀ ਸੂਏਜ਼ ਕੈਨਲ ਕਿੱਦਾਂ ਫੰਕਸ਼ਨ ਕਰਦੀ ਹੈ ਸੂਏਜ਼ ਕੈਨਲ ਕਿੱਦਾਂ ਫੰਕਸ਼ਨ ਕਰਦੀ ਹੈ ਉਹ ਪਾਰਟਸ ਵਿੱਚ ਬਣਾਈ ਹੋਈ ਹੈ ਉਹ ਨਾ ਸੂਏਜ਼ ਕੈਨਲ ਹੋ ਗਈ ਇੱਕ ਪਨਾਮਾ ਕੈਨਲ ਹੋ ਗਈ ਪਾਰਟਸ ਵਿੱਚ ਬਣੀ ਹੋਈ ਹੈ ਮਤਲਬ ਕਿ ਪਹਿਲਾਂ ਸ਼ਿਪ ਜਾਂਦੀ ਹੈ ਉੱਥੇ ਫਿਰ ਪਾਣੀ ਭਰਦਾ ਫਿਰ ਸ਼ਿਪ ਉਤਲੇ ਲੈਵਲ ਤੇ ਜਾਂਦੀ ਹੈ ਫਿਰ ਅੱਗੇ ਜਾਂਦੀ ਹੈ ਥੋੜੀ ਜਿਹੀ ਫਿਰ ਪਾਣੀ ਭਰਦਾ ਫਿਰ ਉਤਲੇ ਲੈਵਲ ਤੇ ਜਾਂਦੀ ਹੈ ਮਤਲਬ ਕਿ ਵਿੱਚ ਨਾ ਲੌਕਸ ਲੱਗੇ ਹੋਏ ਨੇ ਬਹੁਤ ਜ਼ਿਆਦਾ ਤਾਂ ਜੀ ਜਿਹੜੀ ਨਹਿਰ ਦਾ ਸਭ ਤੋਂ ਵੱਡਾ ਲੌਕ ਹੈ ਉਹ ਹੁਣ ਨੀਦਰਲੈਂਡਸ ਵਿੱਚ ਆ ਚੁੱਕਾ ਕਿੱਥੇ ਨੀਦਰਲੈਂਡਸ ਵਿੱਚ ਆ ਚੁੱਕਾ ਹੈ ਇਹਦੇ ਬਾਰੇ ਆਪਾਂ ਗੱਲ ਕੀਤੀ ਸੀ ਇਹਦੇ ਫੋਰਥ ਟਾਈਮ ਪ੍ਰੈਜ਼ੀਡੈਂਟ ਬਣੇ ਨੇ ਕੌਣ ਪੀਐਮ ਬਣੇ ਨੇ ਸੌਰੀ ਮਾਰਕ ਰੁੱਟ ਮਾਰਕ RUTTE ਕਿਉਂਕਿ ਮੋਦੀ ਜੀ ਨੇ ਇਹਨਾਂ ਨੂੰ ਵਧਾਈਆਂ ਦਿੱਤੀਆਂ ਸੀਗੀਆਂ ਇਹਦੀ ਕੈਪੀਟਲ ਹੋ ਜਾਂਦੀ ਹੈ ਐਮਸਟਰਡੈਮ ਐਮਸਟਰਡੈਮ ਕੈਪੀਟਲ ਹੋ ਜਾਂਦੀ ਹੈ ਤੇ ਕਰੰਸੀ ਤਾਂ ਆਬਵੀਅਸ ਜੀ ਗੱਲ ਹੈ ਯੂਰੋ ਹੀ ਹੋਗੀ ਯੂਰਪ ਵਿੱਚ ਠੀਕ ਹੈ ਤੇ ਇਹਦੀ ਮੈਪ ਬਾਰੇ ਸਾਨੂੰ ਜਾਣਨਾ ਥੋੜਾ ਜ਼ਰੂਰੀ ਹੈ ਆ ਚਲੋ ਉਹੀ ਗੱਲਾਂ ਆ ਗਈਆਂ ਹੈ ਨਾ ਕਿੱਥੇ ਹੋਇਆ ਇਹ ਧਿਆਨ ਰੱਖ ਲਓ ਇਜ ਮੋਇਦੀਨ ਇਹ ਸਮਾਲ ਪੋਰਟ ਸਿਟੀ ਹੈ ਨਾ ਕੀ ਇਹ ਥਾਂ ਦਾ ਇਜ ਮੋਇਦੀਨ ਇਜ ਇਹ ਲਿਖ ਪੰਜਾਬੀ ਲਿਖਿਆ ਇਜ ਮੋਇਦੀਨ ਜੋ ਵੀ ਪੜ੍ਹ ਲਓ ਮਰਜ਼ੀ ਹੈ ਤੁਹਾਡੀ ਇਹ ਹੈ ਐਮਸਟਰਡੈਮ ਵਿੱਚ ਹੈ ਇਹ ਤਿੰਨ ਗੱਲਾਂ ਤੁਹਾਨੂੰ ਦੱਸ ਚੁੱਕਾ ਮੈਂ ਹੁਣ ਇੰਪੋਰਟੈਂਟ ਗੱਲ ਹੋ ਜਾਂਦੀ ਹੈ ਇੰਪੋਰਟੈਂਟ ਗੱਲ ਹੋ ਜਾਂਦੀ ਹੈ ਸਾਡੇ ਲਈ ਮੈਪ ਥੋੜਾ ਜਿਹਾ ਠੀਕ ਹੈ ਜੀ ਹੁਣ ਇੱਥੇ ਨੀਦਰਲੈਂਡ ਦੇਖੋ ਇਹ ਵਾਲਾ ਜਿਹੜਾ ਬਿੰਗਾ ਜਾਵੇ ਇਹ ਨੀਦਰਲੈਂਡ ਹੈ ਇਹਦੀ ਜਿਹੜੀ ਨਾਲ ਵਾਲੀ ਕੰਟਰੀ ਹੈ ਨਾਲ ਵਾਲੀ ਕੰਟਰੀ ਦਾ ਨਾਂ ਹੋ ਜਾਂਦਾ ਜਰਮਨੀ ਥੱਲੇ ਵਾਲੇ ਪਾਸੇ ਹੋ ਜਾਂਦੀ ਹੈ ਫਰਾਂਸ ਤੇ ਜਿਹੜੀ ਦੂਜੀ ਕੰਟਰੀ ਟੱਚ ਕਰ ਰਹੀ ਹੈ ਉਹਦਾ ਨਾਂ ਹੋ ਜਾਂਦਾ ਬੈਲਜੀਅਮ
ठीक है। इधर नॉर्थ सी, नॉर्थ सी पार करके की है, इधर पै जाता यूके, यूके ते फ्रांस दे विच की है इंग्लिश चैनल, याद है तुहानू छोटे हुंदे पढ़दे हुंदे सी भी यंगेस्ट मैन टू क्रॉस इंग्लिश चैनल, ये वो फलाना है ना। ते जर्मनी दे जस्ट उत्ते की है डेनमार्क पैंदा, डेनमार्क बारे आपां कुछ गल कीती सी, मैं भुल गया पता नहीं केड़ा करंट अफेयर कीता सीगा आपां, तां याद रखना है थोड़ी जी लोकेशन है ना याद करनी शुरू करो, दिमाग च ना बिठानी शुरू करो, बहुत ज्यादा हेल्प करते हैं मैप वगैरह, ठीक है जी। हाँ जी, इंटरनेशनल कोर्ट ऑफ जस्टिस भी नीदरलैंड विच थां दा नाम हो जाता द हेग, द हेग उत्थे है, ठीक है जी। चलो तां जी टेरा पे इन्होंने टाइप किया एनपीसीआई, सानू पता ही नेशनल पेमेंट कारपोरेशन ऑफ इंडिया नाल टाइप किया टू बूस्ट कैशलैस ट्रांजैक्शन, तां जी टेरा पे की है यह भी नीदरलैंड का ही है, यह भी नीदरलैंड का ही है। ਤਾਂ ਜੀ ਹੁਣ ਤੱਕ ਜਿਹੜਾ ਆਪਾਂ ਐਨਪੀਸੀਆਈ ਸੀਗਾ ਆਪਾਂ ਯੂਪੀਆਈ ਆਪਾਂ ਕਰਦੇ ਸੀਗੇ, ਕਿੱਥੋਂ ਹੁੰਦਾ ਸੀ, ਭੂਟਾਨ ਹੋ ਜਾਂਦਾ ਸੀਗਾ, ਸਿੰਗਾਪੁਰ ਹੋ ਜਾਂਦਾ ਸੀਗਾ, ਯੂਏਈ ਹੋ ਜਾਂਦਾ ਸੀਗਾ, ਤੇ ਰੁਪੇ ਕਾਰਡ ਤਾਂ ਬਹੁਤ ਥਾਂ ਹੁੰਦਾ, ਰੁਪੇ ਕਾਰਡ ਲਈ ਤਾਂ ਬਹੁਤ ਸਾਰੀ ਜਗ੍ਹਾ ਮੈਂ ਤੁਹਾਨੂੰ ਦੱਸਿਆ 10-11 ਕੰਟਰੀ ਦੇ ਯੂਜ਼ ਹੋ ਜਾਂਦਾ ਰੁਪੇ ਕਾਰਡ ਦਾ। ਤਾਂ ਹੁਣ ਐਨਪੀਸੀਆਈ ਇੰਟਰਨੈਸ਼ਨਲ ਨੀਦਰਲੈਂਡ ਦੇ ਟੈਰਾ ਪੇ ਨਾਲ ਵੀ ਟਾਈ ਅਪ ਕੀਤਾ ਹੈ, ਠੀਕ ਹੈ ਜੀ। एनपीसीआई ने टेरा पे नाल नीदरलैंड नाल भी टाई अप किया है ताकि कैशलैस ट्रांजैक्शन ने जिहड़ियां इंटरनेशनल तुसीं ट्रांजैक्शन करनियां ने वह हो जाण। बस ध्यान रखना पहली कंट्री जिथे यूपीआई अलाउ किया गया सी वह सीगा भूटान, यह आपां गल ध्यान रखांगे। वैसे यूपीआई कित्थे अलाउड है, भूटान विच है, सिंगापुर विच है, ते यूएई यानी कि यूनाइटेड अरब एमीरेट्स विच, ठीक है जी। चलो चल तो जे यार एक बार सारे गुजारिश है, जे हुण तक किसी ने सैशन लाइक नहीं किया एक बार सारे जने रिक्वेस्ट है एक बार सैशन लाइक लाइक जरूर कर दो, है ना। चलो एनपीसीआई बारे कुछ गल्लां, तां जी 2008 विच इह बणिया सीगा ते इहदे एमडी सीईओ ने दिलीप असबे, इह तो सानूं पता ही है ना, दिलीप असबे दे एमडी सीईओ ने, ते हैडक्वार्टर हो जांदा कित्थे हो जांदा, हैडक्वार्टर तां मुंबई यानी कि महाराष्ट्र विच, ठीक है जी। मुंबई यानी कि महाराष्ट्र। चलो तां जी पेटीएम, तुहानू पता है पेटीएम है, पेटीएम दी एक होर अगे कंपनी है, कंपनी की एक ब्रांच है कह लो, वर्टिकल कह लो, पेटीएम मनी करके। तां पेटीएम मनी विच ना एक पॉप करके मैसेंजर है, पॉप विच की होगा जिदा तुसी स्टॉक तुसी इन्वेस्ट करना ना तां तुहानू इनफॉर्मेशन आऊगी भी इहदा रेट वध गया इहदा रेट घट गया, तुहानू रिकमेंड करूगा भी तुसी इहदे विच इन्वेस्ट कर सकदे हो, इहदे चों कढ लो पैसे। तां इह कीता शुरू किहने, पेटीएम मनी ने कीता। कुछ दिन पहला आपां गल कीती सी सेबी, जिहड़ा सिक्योरिटी एक्सचेंज बोर्ड ऑफ इंडिया है, उहने एक ऐप कढ़ी सी जिहदा नां है सारथी। सारथी ऐप दा काम की सी, सारथी ऐप दा काम भी इही सी, ਉਹ ਤੁਹਾਨੂੰ ਸਾਰਥੀ ਐਪ ਦਾ ਕੰਮ ਬਸ ਇਹ ਸੀ, ਉਹ ਤੁਹਾਨੂੰ ਸੁਜੈਸਟ ਕਰਦਾ ਸੀ, ਤੁਹਾਨੂੰ ਮਾਰਕੀਟ ਬਾਰੇ ਦੱਸਣਾ ਸੀਗਾ ਕੰਮ ਉਹਦਾ। ਤੇ ਹੁਣ ਬਸ ਧਿਆਨ ਰੱਖਣਾ ਪੌਪ ਕੋਈ ਐਪ ਨਹੀਂ ਹੈ, ਪੌਪ ਹੈ ਮੈਸੇਂਜਰ ਹੈ, ਜਿੱਦਾਂ ਫੇਸਬੁੱਕ ਮੈਸੇਂਜਰ ਹੋ ਗਿਆ ਉਦਾਂ ਹੀ ਪੇਟੀਐਮ ਮਨੀ ਦਾ ਮੈਸੇਂਜਰ ਹੋ ਗਿਆ। ਤੁਸੀਂ ਐਕਟੀਵੇਟ ਕਰੋਗੇ ਤੁਹਾਡੇ ਕੋਲ ਆਪ ਹੀ ਤੁਹਾਡੇ ਪੋਰਟਫੋਲੀਓ ਦੇ ਅਕੋਰਡਿੰਗ ਤੁਹਾਡੇ ਕੋਲ ਮੈਸੇਜ ਆਇਆ ਕਰਾਂਗੇ, ਠੀਕ ਹੈ ਜੀ। ਸਰ ਕਹਾਂ ਸੇ ਕਲਾਸ ਲਾਈਵ ਆ ਸਰ, ਘਰੋਂ ਆਇਆ ਅੱਜ ਤਾਂ ਯਾਰ, ਠੀਕ ਹੈ। ਫਿਰ ਸੇਬੀ ਦੀ ਜਿਹੜੀ ਐਪ ਹੈ ਸਾਰਥੀ, ਇਹ ਵੀ ਧਿਆਨ ਰੱਖਣਾ, ਪੜ੍ਹਾਈ ਵੱਲ ਧਿਆਨ ਦਿਓ ਨਾ, ਇੱਧਰ ਉੱਧਰ ਦੀ ਗੱਲਾਂ ਕਿਉਂ, ठीक है। चलो आ देखो पेटीएम मनी अ होली ओन सबसिडरी ऑफ डिजिटल फाइनेंस कंपनी पेटीएम, इन्होंने की है पॉप टू प्रोवाइड इंस्टेंट अपडेट्स टू ट्रैक यूजर्स इन्वेस्टमेंट इन स्टॉक मार्केट। ਤਾਂ ਜੀ ਪੇਟੀਐਮ ਮਨੀ ਇਸ ਕੰਪਨੀ ਨੇ ਸਟਾਕ ਮਾਰਕੀਟ ਵਿੱਚ ਉਪਭੋਗਤਾਵਾਂ ਦੇ ਨਿਵੇਸ਼ ਨੂੰ ਟਰੈਕ ਕਰਨ ਲਈ ਤੁਰੰਤ ਅਪਡੇਟ ਪ੍ਰਦਾਨ ਕਰਨ ਲਈ ਪੌਪ ਨਾਮਕ ਭਾਰਤ ਦਾ ਪਹਿਲਾ ਬੁੱਧੀਮਾਨ ਮੈਸੇਂਜਰ ਲਾਂਚ ਕੀਤਾ ਹੈ, ਮਤਲਬ ਕਿ ਇੰਟੈਲੀਜੈਂਟ ਮੈਸੇਂਜਰ ਲਾਂਚ ਕੀਤਾ ਹੈ, ਠੀਕ ਹੈ ਜੀ। ਇਹ ਧਿਆਨ ਰੱਖਣਾ ਆਪਾਂ ਕੋਲ, ਠੀਕ ਹੈ। ਦੇਖੋ ਜੀ ਲਾਈਕ ਤਾਂ ਆਪਣੇ ਫਿਰ ਵੀ ਘੱਟ ਹੀ ਨੇ, ਆਪਾਂ 120 ਆਪਾਂ ਲਾਈਵ ਨੇ ਤੇ ਲਾਈਕ ਸਾਡੇ 95, ਯਾਰ ਲਾਈਕ ਇਜ਼ ਇਕੁਅਲ ਟੂ ਲਾਈਵ ਕਰ ਦੋ, ਚਲੋ ਸ਼ਾਬਾਸ਼। ਇੱਕ ਵਾਰ ਸਾਰੇ ਜਣੇ ਜਿਹਨੇ ਜਿਹਨੇ ਹੁਣ ਤੱਕ ਨਹੀਂ ਕੀਤਾ ਲਾਈਕ, ਇੱਕ ਵਾਰ ਸਾਰੇ ਜਣੇ ਸੈਸ਼ਨ ਨੂੰ ਲਾਈਕ ਕਰੋ, ਰਿਕੁਐਸਟ ਹੈ। ਤੇ ਜੇ ਕਰ ਸਕਦੇ ਹੋ ਤਾਂ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ ਕਿਤੇ ਵੀ, ਜੇ ਕਿਸੇ ਨੇ ਕਰਨਾ ਹੋਵੇ, ਤੁਹਾਨੂੰ ਪਤਾ ਬਹੁਤ ਇੰਪੋਰਟੈਂਟ ਕਰੰਟ ਅਫੇਅਰ ਨੇ, ਆਪਾਂ ਜਿੱਦਾਂ ਸਾਡਾ ਤਰੀਕਾ ਕਰਾਉਣ ਦਾ ਵੀ ਪਹਿਲਾਂ ਰਿਵੀਜ਼ਨ ਕਰਦੇ ਹਾਂ ਫਿਰ ਡੇਲੀ ਕਰੰਟ ਅਫੇਅਰ ਕਰਦੇ ਹਾਂ, ਮੈਂ ਨਹੀਂ ਦੇਖਿਆ ਹੋਰ ਕਿਤੇ ਕਰਦੇ ਹੋਏ, ਤਾਂ ਜ਼ਰੂਰ ਕਰੋ। ਤਾਂ ਜੀ ਇੱਕ ਤਾਂ ਪਹਿਲਾਂ ਇਹ ਪੇਟੀਐਮ ਮਨੀ ਦੀ ਗੱਲ ਹੋ ਰਹੀ ਹੈ, ਇੱਕ ਪੇਟੀਐਮ ਦੀ ਗੱਲ ਕਰਦਾ ਤੁਹਾਨੂੰ। ਪੇਟੀਐਮ ਹੈ ਜਿਹੜਾ ਉਹਦੇ ਜਿਹੜੇ ਸੀਈਓ ਨੇ ਉਹਨਾਂ ਦਾ ਨਾਮ ਹੈ ਵਿਜੇ ਸ਼ੇਖਰ ਸ਼ਰਮਾ, ਵਿਜੇ ਸ਼ੇਖਰ ਸ਼ਰਮਾ, ਠੀਕ ਹੈ ਜੀ। ਤੇ ਪੇਟੀਐਮ ਮਨੀ ਹੈ ਇਹਦੇ ਸੀਈਓ ਦਾ ਨਾਮ ਹੋ ਜਾਂਦਾ ਵਰੁਣ ਸ਼੍ਰੀਧਰ। ਜਿਹੜਾ ਪੇਟੀਐਮ ਹੈ ਇਹਦਾ ਹੈਡਕੁਆਟਰ ਹੈ ਨੋਇਡਾ ਵਿੱਚ, ਤੇ ਜਿਹੜਾ ਪੇਟੀਐਮ ਮਨੀ ਹੈ, ਪੇਟੀਐਮ ਮਨੀ ਦਾ ਹੈਡਕੁਆਟਰ ਹੈ ਬੈਂਗਲੁਰੂ ਵਿੱਚ, ਠੀਕ ਹੈ। ਇਹ ਮੈਨੂੰ ਦੱਸੋ ਪੇਟੀਐਮ ਫਾਈਂਡ ਕਦੋਂ ਹੋਇਆ ਸੀ, ਯਾਦ ਹੈ ਕਿ ਤੁਹਾਨੂੰ ਪੇਟੀਐਮ ਕਦੋਂ ਫਾਈਂਡ ਹੋਇਆ ਸੀਗਾ, ਮਤਲਬ ਫਾਈਂਡ ਮਤਲਬ ਕਿਹੜੇ ਸਾਲ ਵਿੱਚ ਹੋਇਆ ਸੀਗਾ, ਯਾਦ ਹੈ ਕਿਸੇ ਨੂੰ, ਮਤਲਬ ਪਤਾ ਹੋਵੇ, ਆਈਡੀਆ ਹੋਵੇ।
ਕਿੱਥੇ ਸਰ? ਤਾਂ ਇਹ 2010 ਵਿੱਚ ਹੋਇਆ ਸੀ, ਠੀਕ ਹੈ। ਇਹ ਦੋ ਤਿੰਨ ਚੀਜ਼ਾਂ ਧਿਆਨ ਰੱਖਣੀ ਹੈ। ਇਹਦੇ ਫਾਊਂਡਰ ਸੀਈਓ ਵਿਜੇ ਸ਼ੇਖਰ ਸ਼ਰਮਾ, ਇਹਦੇ ਵੀ ਫਾਊਂਡਰ ਸੀਈਓ ਵਿਜੇ ਸ਼ੇਖਰ ਸ਼ਰਮਾ ਨੇ, ਤੇ ਇਹਦੇ ਬਸ ਪੇਟੀਐਮ ਮਨੀ ਦੇ ਸੀਈਓ ਵਰੁਣ ਸ਼੍ਰੀਧਰ ਨੇ। ਫਾਊਂਡਰ ਦੋਨਾਂ ਦੇ ਵਿਜੇ ਸ਼ੇਖਰ ਸ਼ਰਮਾ ਆ ਜਾਂਦੇ ਨੇ। ਇਹਦਾ ਹੈੱਡਕੁਆਰਟਰ ਬੈਂਗਲੌਰ, ਇਹਦਾ ਹੈੱਡਕੁਆਰਟਰ ਨੋਇਡਾ। ਇਹ ਫਾਊਂਡ ਹੋਇਆ ਸੀ 2017 ਵਿੱਚ ਤੇ ਇਹ ਫਾਊਂਡ ਹੋਇਆ 2010 ਵਿੱਚ, ਠੀਕ ਹੈ। ਚਲੋ ਤਾਂ ਜੀ, ਇੱਕ ਹੁੰਦਾ ਹੈ ਇੱਕ ਨਾ ਫੋਰਬਸ ਦਾ, ਫੋਰਬਸ ਵਾਲਿਆਂ ਦਾ ਰੀਅਲ ਟਾਈਮ, ਫੋਰਬਸ ਰੀਅਲ ਟਾਈਮ, ਰੀਅਲ ਟਾਈਮ ਮਤਲਬ ਕਿ ਜਿੱਦਾਂ ਕਿ ਚੱਲ ਰਹੇ ਆ ਘੜੀ ਚੱਲਦੀ ਹੈ ਨਾ, ਉਦੋਂ ਰੀਅਲ ਟਾਈਮ ਵਿੱਚ ਚੈੱਕ ਕਰਦੇ ਨੇ ਕਿ ਕਿੰਨੀ ਵੈਲਥ ਚੱਲ ਰਹੀ ਹੈ। ਤਾਂ ਜੀ ਗੌਤਮ ਅਡਾਨੀ ਕੱਲ ਪਰਸੋਂ ਬਣ ਚੁੱਕੇ ਨੇ ਏਸ਼ੀਆ ਦੇ ਸਭ ਤੋਂ ਰਿਚੈਸਟ ਬੰਦੇ ਬਣ ਚੁੱਕੇ ਨੇ ਮੁਕੇਸ਼ ਅੰਬਾਨੀ ਨੂੰ ਹਰਾ ਕੇ। ਕਹਿੰਦੇ ਇਹਨਾਂ ਦੀ ਕੁਝ ਵੈਲਥ ਹੋ ਗਈ ਸੀ 89.5 ਬਿਲੀਅਨ ਡਾਲਰ ਅਡਾਨੀਆਂ ਦੀ, ਤੇ ਅੰਬਾਨੀਆਂ ਦੀ ਰਹਿ ਗਈ ਸੀ 89.4 ਬਿਲੀਅਨ ਡਾਲਰ। ਇਹਨਾਂ ਦੀ ਵੱਧ ਕੇ ਫਿਰ 90 ਬਿਲੀਅਨ ਡਾਲਰ ਹੋ ਗਈ ਸੀ, ਕਿਉਂਕਿ ਮੈਂ ਦੋ ਤਿੰਨ ਸਾਈਟਾਂ ਤੇ ਚੈੱਕ ਕੀਤਾ ਤਾਂ ਸਾਰਿਆਂ ਨੇ ਅੱਡ ਅੱਡ ਦੱਸਿਆ, ਕਿਉਂਕਿ ਵੱਧ ਰਹੀ ਇਹਨਾਂ ਵੈਲਥ ਵੈਲਥ, ਕਿਉਂਕਿ ਰੀਅਲ ਟਾਈਮ ਹੈ, ਹੈ ਸਾਰਾ ਕੁਝ ਅਕੋਰਡਿੰਗ ਟੂ ਫੋਰਬਸ ਦੀ ਰੀਅਲ ਟਾਈਮ ਜਿਹੜੀ ਵੈਲਥ ਹੈ ਉਹਦੇ ਅਕੋਰਡਿੰਗ। ਅਡਾਨੀ ਜੀ ਐਜ ਆਫ ਨਾਓ ਬਣ ਚੁੱਕੇ ਨੇ ਰਿਚੈਸਟ ਮੈਨ। ਆਪਾਂ ਜਿਹੜੇ ਰੈਂਕਿੰਗ ਦੀ ਗੱਲ ਕਰਦੇ ਹਾਂ ਤਾਂ ਉਹੀ ਹੁੰਦਾ ਵੀ ਸਾਲ ਦੇ ਐਂਡ ਵਿੱਚ ਜਿਹੜੀ ਆਉਂਦੀ ਹੈ। ਪਿਛਲੇ ਸਾਲ ਜਿਹੜੀ ਆਈ ਸੀ ਟੌਪ ਤੇ ਕੌਣ ਸੀਗਾ? ਮੁਕੇਸ਼ ਅੰਬਾਨੀ ਸੀਗੇ। ਤੇ ਵਰਲਡ ਵਿੱਚ ਕੌਣ ਸੀਗੇ? ਇਲੋਨ ਮਸਕ ਸੀਗੇ। ਉਹ ਹੁੰਦੀ ਹੈ ਨੋਰਮਲ ਰੈਂਕਿੰਗ, ਇਹ ਰੀਅਲ ਟਾਈਮ ਚੱਲਦੀ ਰਹਿੰਦੀ ਹੈ। ਚਲ ਦਿੱਲੀ ਦੇ ਸੀਐਮ ਨੇ ਕੇਜਰੀਵਾਲ ਜੀ, ਇਹਨਾਂ ਨੇ ਕੀ ਕੀਤਾ? ਜਿਹੜਾ 26 ਜਨਵਰੀ ਸੀ, ਹੁਣੇ 26 ਜਨਵਰੀ ਤੇ 115 ਫੁੱਟ ਦੇ ਤਿਰੰਗੇ ਅਨਫਰਲ ਕੀਤੇ 75 ਲੋਕੇਸ਼ਨ ਤੇ, 75 ਥਾਵਾਂ ਤੇ 115 ਫੁੱਟ ਦੇ ਇਹਨਾਂ ਨੇ ਟ੍ਰਾਈ ਕਲਰ ਲਾਏ ਨੇ। ਤੇ ਇਹ ਕਹਿ ਰਹੇ ਨੇ ਕਿ ਇਹਨੂੰ ਆਪਾਂ ਹਜੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਆਪਾਂ ਦਰਜ ਕਰਾਉਣਾ, ਕਿਉਂਕਿ ਕਿਤੇ ਵੀ ਪੂਰੇ ਇੰਡੀਆ ਵਿੱਚ ਵੀ ਕਿਤੇ ਨਹੀਂ ਹੈ ਤੇ ਕਿਤੇ ਪੂਰੀ ਦੁਨੀਆ ਵਿੱਚ ਇਹੋ ਜਿਹਾ ਕਿਤੇ ਨਹੀਂ ਹੋਇਆ। ਤਾਂ ਦੇਖਦੇ ਹਾਂ ਹੁਣ ਕੀ ਕਹਿਣਗੇ ਜੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਾਲੇ। ਤਾਂ ਐਜ ਆਫ ਨਾਓ ਦਿੱਲੀ ਦੇ ਸੀਐਮ ਨੇ 115 ਫੁੱਟ ਤੇ ਟ੍ਰਾਈ ਕਲਰ ਅਨਵੀਲ ਕੀਤੇ ਕਿਤੇ 75 ਲੋਕੇਸ਼ਨਾਂ ਤੇ। ਤੁਹਾਡੇ ਕੋਲ ਸਵਾਲ ਆ ਸਕਦਾ ਵੀ ਇਸ ਰਿਪਬਲਿਕ ਡੇ ਤੇ, ਗਣਤੰਤਰ ਦਿਵਸ ਤੇ ਕਿਹੜੀ ਸਟੇਟ ਨੇ 75 ਲੋਕੇਸ਼ਨ ਤੇ ਟ੍ਰਾਈ ਕਲਰ ਫਹਿਰਾਏ ਸੀਗੇ? ਤਾਂ ਦਿੱਲੀ ਆਂਸਰ ਹੋ ਜਾਊਗਾ। ਤਾਂ ਇਹੋ ਜਿਹਾ ਤੁਸੀਂ ਧਿਆਨ ਰੱਖਣਾ, ਠੀਕ ਹੈ ਜੀ। ਚਲੋ ਤਾਂ ਜੀ, ਇਹ ਸੀਗੀ ਇਹਨਾਂ ਨੇ ਜਿਹੜੀ ਟਵੀਟ ਕੀਤੀ ਸੀ। ਆ ਦੇਖੋ, ਦੇਸ਼ ਕੇ ਲਈ ਗਰਵ ਕਾ ਦਿਨ, ਦੇਸ਼ ਕੀ ਰਾਜਧਾਨੀ ਮੇਂ 115 ਫੀਟ ਕੇ 75 ਤਿਰੰਗੇ ਲਗਾਏ ਗਏ ਹੈ। ਟੋਟਲ ਕਹਿੰਦੇ 500 ਲਾਣੇ ਆ ਅਸੀਂ। ਕਹਿੰਦੇ ਦੁਨੀਆ ਮੇਂ ਸ਼ਾਇਦ ਦਿੱਲੀ ਅਕੇਲਾ ਸ਼ਹਿਰ ਹੈ ਜਹਾਂ ਇਤਨੀ ਜਗ੍ਹਾ ਪਰ 115 ਫੀਟ ਉੱਚੇ ਰਾਸ਼ਟਰੀ ਧਵਜ ਲਗਾਏ ਗਏ ਹੈ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਮੇਂ ਦਿੱਲੀ ਕਾ ਨਾਮ ਦਰਜ ਹੋਗਾ। ਹੁਣ ਦੇਖਦੇ ਹਾਂ ਵਰਲਡ ਰਿਕਾਰਡ ਵਾਲੇ ਕੀ ਕਹਿੰਦੇ ਨੇ, ਠੀਕ ਹੈ। ਇਹ ਲਾਣੇ ਕਿੰਨੇ? ਹਜੇ ਤੱਕ 75 ਥਾਂ ਤੇ ਲਾਏ ਨੇ, ਕਹਿੰਦੇ ਅਸੀਂ 500 ਥਾਵਾਂ ਤੇ ਲਾਣੇ ਨੇ। ਮੈਨੂੰ ਸਮਝ ਨਹੀਂ ਆਉਂਦਾ, ਮਾੜੀ ਜੀ ਤਾਂ ਦਿੱਲੀ ਹੈ ਬਸ, ਜਿੱਥੇ ਅਸੀਂ ਛੱਤ ਤੇ ਚੜ ਗਏ ਤਿਰੰਗੇ ਤਿਰੰਗੇ ਦਿਖਣੇ ਫਿਰ ਤਾਂ ਸਾਨੂੰ ਸਾਰਿਆਂ ਨੂੰ ਹੈ। ਚਲੋ ਤਾਂ ਜੀ, ਦਿੱਲੀ ਬਣ ਚੁੱਕੀ ਹੈ ਪਹਿਲੀ ਸਟੇਟ ਟੂ ਲਾਂਚ HPV ਵੈਕਸੀਨ, ਯਾਨੀ ਕਿ ਹਿਊਮਨ ਪੈਪੀਲੋ ਵਾਇਰਸ, ਆ ਲਿਖਿਆ ਹੋਇਆ, ਪੜ੍ਹ ਸਕਦੇ, ਹਿਊਮਨ ਪੈਪੀਲੋ ਮਾ ਵਾਇਰਸ ਵੈਕਸੀਨ ਐਜ ਪਬਲਿਕ ਹੈਲਥ ਪ੍ਰੋਗਰਾਮ ਇਨ ਸਕੂਲਸ। ਜੇ ਤੁਹਾਨੂੰ ਪਤਾ ਹੋਵੇ, ਜੇ ਤੁਸੀਂ ਕਰੰਟ ਅਫੇਅਰ ਫੋਲੋ ਕਰਦੇ ਹੋ ਤਾਂ ਸਪਟੈਂਬਰ, ਪਤਾ ਨਹੀਂ ਅਕਤੂਬਰ ਵਿੱਚ ਆਈ ਸੀ ਕਿ ਪਹਿਲੀ ਜੈਂਡਰ ਨਿਊਟਰਲ, ਮਤਲਬ ਕਿ ਮੁੰਡਿਆਂ ਲਈ ਵੀ ਤੇ ਕੁੜੀਆਂ ਲਈ ਵੀ ਇੱਕ ਵੈਕਸੀਨ ਆ ਗਈ ਸੀ। ਇਹ HPV ਵੈਕਸੀਨ ਇੰਡੀਆ ਵਿੱਚ ਲਾਂਚ ਹੋਈ ਸੀ, ਕੰਪਨੀ ਦਾ ਨਾਂ ਸੀ ਗਰਡਾਸਿਲ। ਇਹ ਉਹੀ ਹੈ, ਦੇਖੋ ਗਰਡਾਸਿਲ ਲਿਖਿਆ ਹੋਇਆ, ਠੀਕ ਹੈ ਜੀ। ਇਹ ਕਿਹਨੇ ਬਣਾਈ ਹੈ? MSD ਫਾਰਮਾਸੂਟੀਕਲਸ, ਮਹਿੰਦਰ ਸਿੰਘ ਧੋਨੀ ਨਹੀਂ ਹੈ, ਇਹ ਉਹਨਾਂ ਤੋਂ ਪਹਿਲਾਂ ਹੀ ਸੀਗੀ। ਤਾਂ MSD ਫਾਰਮਾਸੂਟੀਕਲਸ ਨੇ ਬਣਾਈ ਹੋਈ ਹੈ ਜਿਹੜੀ ਪਹਿਲੀ ਜੈਂਡਰ ਨਿਊਟਰਲ ਵੈਕਸੀਨ ਇੰਡੀਆ ਵਿੱਚ, ਉਹਦਾ ਨਾਂ ਹੈ ਗਰਡਾਸਿਲ, MSD ਫਾਰਮਾ ਨੇ ਬਣਾਈ ਹੈ। ਤੇ ਫਿਰ ਹੁਣ ਸਰਕਾਰ ਵੱਲੋਂ ਲਾਂਚ ਕੀਤੀ ਜਾ ਚੁੱਕੀ ਹੈ ਦਿੱਲੀ ਵਿੱਚ, ਹਜੇ ਕੁੜੀਆਂ ਲਈ ਹੋਈ ਹੈ। ਇਹਦੇ ਬਾਰੇ ਕੁਝ ਗੱਲਾਂ ਕਰ ਲੈਂਦੇ ਹਾਂ। ਦ ਗਰਲ ਸਟੱਡਿੰਗ ਇਨ ਕਲਾਸ 6ਵੀਂ ਇਨ ਗਵਰਨਮੈਂਟ ਸਕੂਲ ਵਿਲ ਬੀ ਟਾਰਗੇਟਿਡ, ਕਿਉਂਕਿ ਜਿਹੜੀ ਇਹ ਵੈਕਸੀਨ ਹੈ ਇਹ ਅਪਰੋਕਸੀਮੇਟ 150 ਜਿਹੜੇ ਵਾਇਰਸ ਹੁੰਦੇ ਨੇ, ਹਿਊਮਨ ਪੈਪੀਲੋਮਾ ਵਾਇਰਸ ਹੁੰਦੇ ਨੇ, ਉਹਨਾਂ ਤੋਂ ਪ੍ਰੋਟੈਕਟ ਕਰਦੀ ਹੈ, ਜਿਹਦੇ ਵਿੱਚੋਂ ਇੱਕ ਮੇਨ ਹੈ ਸਰਵਾਈਕਲ ਕੈਂਸਰ। ਸਰਵਾਈਕਲ ਕੈਂਸਰ ਬਹੁਤ ਜ਼ਿਆਦਾ ਮੇਨ ਹੈ ਤੇ ਇੰਡੀਆ ਵਿੱਚ ਸੈਕਿੰਡ ਹਾਈਐਸਟ ਡੈਥ ਰੇਟ ਹੈ ਡਿਊ ਟੂ ਸਰਵਾਈਵਲ ਕੈਂਸਰ, ਸਰਵਾਈਕਲ ਕੈਂਸਰ। ਤੇ ਜਿਹੜੀ HPV ਹੈ, ਹਿਊਮਨ ਪੈਪੀਲੋਮਾ ਵਾਇਰਸ ਹੈ, ਇਹ ਸਭ ਤੋਂ ਵੱਡਾ ਉਹਦਾ ਕਾਰਨ ਹੈ। ਤਾਂ ਜੀ, ਕਿੱਥੋਂ ਸ਼ੁਰੂ ਕਰ ਰਹੇ ਨੇ? ਕਲਾਸ 6ਵੀਂ ਜਿਹੜੇ ਗਵਰਨਮੈਂਟ ਸਕੂਲਸ ਵਿੱਚ ਕੁੜੀਆਂ ਨੇ ਉਹਨਾਂ ਤੋਂ ਸ਼ੁਰੂ ਕਰ ਰਹੇ ਨੇ। 150 ਦੇ ਅਰਾਊਂਡ ਇਹ ਜਿਹੜੇ ਵਾਇਰਸ ਇਹਨਾਂ ਨੂੰ ਅਟੈਕ ਕਰਦਾ ਹੈ ਤੇ ਇਹਨਾਂ ਵਿੱਚੋਂ ਸਰਵਾਈਕਲ ਕੈਂਸਰ ਸਭ ਤੋਂ ਵੱਡਾ ਪ੍ਰੋਬਲਮ ਬਣਦੀ ਹੈ ਤੇ ਇੰਡੀਆ ਵਿੱਚ ਸੈਕਿੰਡ ਹਾਈਐਸਟ ਡੈਥ ਰੇਟ ਹੈ ਸਰਵਾਈਕਲ ਕੈਂਸਰ ਦੀ ਵਜ੍ਹਾ ਤੋਂ, ਠੀਕ ਹੈ ਜੀ। ਰਮਨ ਕੌਰ, ਅੱਜ ਲਿੰਕ ਨਹੀਂ ਆਊਗਾ, ਅੱਜ ਇਹ ਜਿਹੜੀ PDF ਹੈ ਨਾ, ਇਹ ਵੀਡੀਓ ਦੇ ਕਮੈਂਟ ਵਿੱਚ ਤੇ ਡਿਸਕ੍ਰਿਪਸ਼ਨ ਵਿੱਚ ਆਊਗੀ। ਉਹ ਜਿਹੜੀ ਲਿੰਕ ਦੀ ਗੱਲ ਹੁੰਦੀ ਹੈ, ਉਹ ਲਿੰਕ ਸਿਰਫ ਸੰਡੇ ਨੂੰ ਹੁੰਦਾ, ਬਾਕੀ ਰੋਜ਼ ਜਿਹੜੀ PDF ਹੈ ਉਹ ਇੱਧਰ ਹੀ ਮਿਲੂਗੀ। ਐਂਡ ਤੱਕ ਰੁਕ ਜਾਓ, ਤੁਹਾਨੂੰ ਦੱਸ ਦੂੰਗਾ। ਚਲੋ
ਤਾਂ ਜੀ ਗੂਗਲ ਟੂ ਇਨਵੈਸਟ $1 billion ਇਨ ਏਅਰਟੈਲ, ਇਹ ਤਾਂ ਤੁਹਾਨੂੰ ਪਰਸੋਂ ਦੱਸਤਾ ਸੀਗਾ, ਵੈਸੇ ਰਫਲੀ ਦੱਸਤਾ ਸੀਗਾ, ਬਟ ਚਰਚਾ ਨਾ ਕਰਾਉਣਾ ਤੁਹਾਨੂੰ ਜ਼ਰੂਰੀ ਸੀ। ਤਾਂ ਜੀ ਜਿਹੜੇ ਭਾਰਤੀ ਏਅਰਟੈਲ ਏਅਰਟੈਲ ਭਾਰਤੀ ਏਅਰਟੈਲ ਦੇ ਚੇਅਰਮੈਨ ਦਾ ਨਾਂ ਹੈ ਸੁਨੀਲ ਭਾਰਤੀ ਮਿੱਤਲ, ਤਾਂ ਕਹਿੰਦੇ ਜੀ ਵੀ ਲੁੱਕ ਫਾਰਵਰਡ ਟੂ ਵਰਕਿੰਗ ਕਲੋਜ਼ਲੀ ਵਿਦ ਗੂਗਲ ਟੂ ਇਨਕਰੀਜ਼ ਦ ਡੈਪਥ ਐਂਡ ਬ੍ਰੈਥ ਆਫ ਇੰਡੀਆ ਡਿਜੀਟਲ ਈਕੋਸਿਸਟਮ। ਇਹ ਕੁਛ ਨਹੀਂ ਕਹਿ ਰਹੇ, ਟਾਈਮ ਪਾਸ ਕਰ ਰਹੇ ਹਾਂ। ਸਮਾਰਟਫੋਨ ਬਣਾਉਣੇ ਇਹਨਾਂ ਨੇ, ਐਕਸੈਸੀਬਲ ਸਮਾਰਟਫੋਨ ਬਣਾਉਣੇ, ਵੀ ਡਿਜੀਟਲ 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 ਇੰਡੀਆ ਬਣਾਉਣਾ ਕਹਿੰਦੇ। ਇਨ ਸ਼ਾਰਟ ਇਹ ਦੋ ਚੀਜ਼ਾਂ ਦੱਸੀਆਂ ਇਹਨਾਂ ਨੇ, ਇੱਕ ਤਾਂ ਸਮਾਰਟਫੋਨ ਬਣਾਉਣੇ ਇਹਨਾਂ ਨੇ, ਤੇ ਇੱਕ ਡਿਜੀਟਲ ਇੰਡੀਆ ਬਣਾਉਣਾ। ਤੁਹਾਨੂੰ ਦੱਸ ਦਈਏ ਪਿਛਲੇ ਸਾਲ ਗੂਗਲ ਨੇ ਜੀਓ ਵਿੱਚ ਵੀ ਇਹਨਾਂ ਨੇ ਇਨਵੈਸਟ ਕੀਤਾ ਸੀਗਾ। ਕਿਹਦੇ ਵਿੱਚ? ਜੀਓ ਵਿੱਚ ਵੀ ਇਨਵੈਸਟ ਕੀਤਾ ਸੀਗਾ, ਆਹ ਕਹੀ ਗੱਲ। ਤਾਂ US ਬੇਸਡ ਟੈਕ ਫਰਮ ਇਹਨਾਂ ਨੇ ਐਕਵਾਇਰ ਕੀਤਾ 7.73% ਸਟੇਕ ਇਨ ਭਾਰਤੀ ਰਾਈਵਲ ਜੀਓ ਪਲੇਟਫਾਰਮ ਫੋਰ $4.5 billion ਇਨ 2020। ਪਿਛਲੇ ਸਾਲ ਇਹਨਾਂ ਨੇ ਜੀਓ ਵਿੱਚ ਵੀ ਅਪਲਾਈ ਕੀਤਾ ਸੀ, ਅਪਲਾਈ ਕੀਤਾ ਸੋਰੀ ਜੀਓ ਵਿੱਚ ਕੀਤਾ ਸੀ $4.5 billion ਦੀ ਇਨਵੈਸਟਮੈਂਟ, ਤੇ ਇਹਨਾਂ ਨਾਲ ਤਾਂ ਸਿਰਫ $1 billion ਦੀ ਇਨਵੈਸਟਮੈਂਟ ਕੀਤੀ ਹੈ। ਦੇਖ ਰਹੇ ਹੋ, ਇਹ ਵੀ USA ਬਣਿਆ ਹੋਇਆ ਹੈ, USA ਦੀ ਕੰਪਨੀ ਹੈ ਨਾ, USA ਵਾਲੇ ਕਰ ਰਹੇ ਇਹਨਾਂ ਦੇ ਵੀ। USA ਵੀ ਹਰ ਥਾਂ ਇਨਵੈਸਟ ਕਰਦਾ, ਪਾਕਿਸਤਾਨ ਵਿੱਚ, ਇੰਡੀਆ ਵਿੱਚ ਵੀ, ਭਾਵੇਂ ਕੰਪੀਟੀਟਰ ਨੇ। ਇੱਧਰ ਵੀ ਦੇਖੋ, ਏਅਰਟੈਲ ਵਿੱਚ ਵੀ, ਜੀਓ ਵਿੱਚ ਵੀ, ਭਾਵੇਂ ਦੋਵੇਂ ਕੰਪੀਟੀਟਰ ਨੇ, ਉਹੀ ਕੰਮ ਚੱਲਿਆ ਹੋਇਆ ਸਾਰਿਆਂ ਦਾ। ਠੀਕ ਹੈ, ਅੱਜ ਤਾਂ ਲੱਗਦਾ ਟਾਈਮ ਬਹੁਤ ਹੌਲੀ ਲੰਘ ਰਿਹਾ ਹੈ। ਚਲੋ, ਤਾਂ ਜੀ ਆਂਧਰਾ ਪ੍ਰਦੇਸ਼ ਦਾ ਅਮੂਲ ਪ੍ਰੋਜੈਕਟ ਹੈ, ਇਹ ਸ਼ੁਰੂ ਹੋ ਚੁੱਕਾ ਹੈ ਅਨੰਤਪੁਰ ਡਿਸਟ੍ਰਿਕਟ ਵਿੱਚ। ਤੁਹਾਨੂੰ ਯਾਦ ਹੋਵੇ, ਜੇ ਕੋਈ ਮੈਨੂੰ ਫੋਲੋ ਕਰਦਾ ਹੋਵੇ ਰੈਗੂਲਰਲੀ, ਤਾਂ ਮੈਂ ਦੱਸਿਆ ਸੀ ਵੀ ਆਂਧਰ ਪ੍ਰਦੇਸ਼ ਵਿੱਚ ਅਮੂਲ ਆਪਣਾ ਇੱਕ ਪ੍ਰੋਜੈਕਟ ਲਗਾਉਣ ਜਾ ਰਿਹਾ ਹੈ। ਹਜੇ 6 ਡਿਸਟ੍ਰਿਕਟਸ ਤੋਂ ਸ਼ੁਰੂ ਕੀਤਾ ਇਹਨਾਂ ਨੇ, ਤੇ ਉੱਥੋਂ ਇਹ ਦੁੱਧ ਪ੍ਰੋਕਿਓਰ ਕਰਕੇ ਸਰਕਾਰੀ ਬੱਚਿਆਂ ਨੂੰ ਵੀ ਦਊਗਾ, ਸਰਕਾਰੀ ਬੱਚਿਆਂ ਨੂੰ, ਸਕੂਲ ਵਾਲੇ ਬੱਚਿਆਂ ਨੂੰ। ਆਹ ਦੇਖੋ, ਤਾਂ ਜੀ ਸਕੀਮ ਦਾ ਨਾਂ ਦੇਖੋ ਕੀ ਹੈ, ਜਗੰਨਾ ਪੱਲਾ ਵੇਲੂ, ਇਹ ਸਕੀਮ ਦਾ ਨਾਂ, ਜਗੰਨਾ ਪੱਲਾ ਵੇਲੂ ਆਂਧਰ ਪ੍ਰਦੇਸ਼ ਅਮੂਲ। ਇਹ ਪ੍ਰੋਜੈਕਟ ਹੈ, ਇਹ ਅਨੰਦਪੁਰ ਡਿਸਟ੍ਰਿਕਟ ਤੋਂ ਸ਼ੁਰੂ ਹੋ ਚੁੱਕਾ ਹੈ, ਤੇ ਸਟੇਟ ਗਵਰਨਮੈਂਟ ਇਹਨਾਂ ਨਾਲ ਐਗਰੀਮੈਂਟ ਕੀਤਾ ਸੀ ਅਮੂਲ ਨਾਲ, ਫੋਰ ਪਰਚੇਜ ਆਫ ਮਿਲਕ ਫੋਰ ਚਿਲਡਰਨ ਆਫ ਆਂਗਨਵਾੜੀ ਦੇ ਜਵਾਕਾਂ ਲਈ ਤੇ ਬਾਲ ਮਰੁਥਮ। ਹੁਣ ਕਹੋਗੇ ਸਰ ਬਾਲ ਮਰੁਥਮ ਕੀ ਹੈ, ਆ ਕਿਹੋ ਜਿਹੇ ਤੁਸੀਂ ਨਾਂ ਲਿਆਏ, ਤਾਂ ਬਾਲ ਮਰੁਥਮ ਉਹ ਹੁੰਦਾ ਬੱਚਾ ਛੋਟਾ, ਆ ਦੇਖੋ, ਤਾਂ ਬਾਲ ਮਰੁਥਮ ਇਜ਼ ਦਾ ਵਿਨਿੰਗ ਫੂਡ, ਮਤਲਬ ਕਿ ਬਾਲ ਮਰੁਥਮ 7 ਮਹੀਨਿਆਂ ਤੋਂ 3 ਸਾਲ ਦੇ ਬੱਚੇ ਨੂੰ ਬਿਹਤਰ ਪੂਰਕ ਪੋਸ਼ਣ ਪ੍ਰਦਾਨ ਕਰਨ ਲਈ ICDS ਦੇ ਅਧੀਨ ਪੇਸ਼ ਕੀਤਾ ਗਿਆ ਦੁੱਧ ਛਡਾਉਣ ਲਈ ਭੋਜਨ ਹੈ, ਤਾਂ ਉਹਨੂੰ ਬਾਲ ਮਰੁਥਮ ਕਿਹਾ ਜਾ ਰਿਹਾ। ਜੇ ਤੁਹਾਡੇ ਕੋਲ ਸਵਾਲ ਆ ਜੇ ਪੇਪਰ ਵਿੱਚ ਇਸ ਵਾਰ PPS ਵਿੱਚ ਕਿ ਬਾਲ ਮਰੁਥਮ ਖਬਰਾਂ ਵਿੱਚ ਸੀ, ਬਾਲ ਮਰੁਥਮ ਕੀ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਉਹਨੂੰ ਕਹਿੰਦੇ ਵੀਨਿੰਗ ਫੂਡ, ਜਿਹੜਾ ਕਿ ਦੁੱਧ ਦਾ ਆਲਟਰਨੇਟਿਵ ਹੋ ਜਾਂਦਾ, ਵੀ ਜਿਹੜਾ ਛੋਟੇ ਬੱਚੇ ਨੂੰ ਦੁੱਧ ਛਡਾਉਣਾ ਹੋਵੇ ਉਹਨੂੰ ਜਿਹੜੇ ਭੋਜਨ ਦਿੱਤਾ ਜਾਂਦਾ ਉਹਨੂੰ ਬਾਲ ਮਰੁਥਮ ਕਹਿ ਰਹੇ ਨੇ। ਠੀਕ ਹੈ ਜੀ, ਦੇਖੋ ਬਹੁਤ ਇੰਪੋਰਟੈਂਟ ਕਰੰਟ ਅਫੇਅਰ ਹੋ ਰਹੇ ਨੇ, ਜੇ ਕਿਤੇ ਕਰ ਸਕਦੇ ਹੋ ਸ਼ੇਅਰ ਜ਼ਰੂਰ ਕਰ ਦਿਓ ਸੈਸ਼ਨ ਨੂੰ, ਤੇ ਇੱਕ ਵਾਰ ਦੇਖੋ ਲਾਈਕ ਤਾਂ ਕਰੀ ਦਿਓ। ਲਾਈਕ ਵਿੱਚ ਤਾਂ ਦੇਖੋ ਘਾਟ ਰੱਖਿਆ ਨਾ ਕਰੋ, ਲਾਈਕ ਤਾਂ ਆਪਣੇ ਹੱਥ 'ਚ ਹੁੰਦਾ, ਹੁਣ ਦੂਜੇ ਨੇ ਆਉਣਾ ਨਹੀਂ ਆਉਣਾ ਸਾਨੂੰ ਨਹੀਂ ਪਤਾ, ਲਾਈਕ ਕਰ ਦਿਓ। ਠੀਕ ਹੈ, ਚਲੋ ਪੁਤਿਨ ਭਾਜੀ ਕਹਿੰਦੇ ਨੇ ਅਸੀਂ ਅਟੈਂਡ ਕਰਾਂਗੇ ਵਿੰਟਰ ਓਲੰਪਿਕ, ਤਾਂ ਤੁਹਾਨੂੰ ਪਤਾ ਹੋਵੇ ਪਿਛਲੇ ਸਾਲ ਬੀਜਿੰਗ ਜਿਹੜੇ ਵਾਟਰ ਓਲੰਪਿਕ ਸੀਗੇ, ਵਿੰਟਰ ਓਲੰਪਿਕ ਜਿਹੜੇ ਇਸ ਸਾਲ ਫੈਬਰੀ ਵਿੱਚ ਹੋਣੇ ਨੇ, ਉਹਨੂੰ ਪਹਿਲਾਂ USA ਨੇ ਕਹਿਤਾ ਡਿਪਲੋਮੈਟਿਕ ਬਾਇਕਾਟ। ਡਿਪਲੋਮੈਟਿਕ ਮਤਲਬ ਕੋਈ ਉਹਨਾਂ ਤੋਂ ਆਫੀਸ਼ੀਅਲ ਨਹੀਂ ਜਾਊਗਾ, ਪਹਿਲਾਂ USA ਨੇ ਕਹਿਤਾ, ਫਿਰ ਆਸਟ੍ਰੇਲੀਆ ਹੋ ਗਿਆ, ਫਿਰ ਕੈਨੇਡਾ ਹੋ ਗਿਆ, ਫਿਰ UK ਹੋ ਗਿਆ, ਇਹਨਾਂ ਚਾਰਾਂ ਨੇ ਕਹਿਤਾ ਵੀ ਅਸੀਂ ਉੱਥੇ ਨਹੀਂ ਜਾਣਗੇ। ਬਟ ਹੁਣ ਤੁਹਾਨੂੰ ਪਤਾ ਹੀ ਹੈ ਪੁਤਿਨ ਹੁਣੇ ਤਾਂ ਜਾਣਗੇ ਜਾਣਗੇ, ਜਿਹੜਾ US ਕਰ ਰਿਹਾ ਇਹਨਾਂ ਨੇ ਪੁੱਠਾ ਤਾਂ ਕਰਨਾ ਹੀ ਹੋਇਆ, ਉਹ ਜੀ ਇਹ ਕਰਨਗੇ ਉਹ US ਵਾਲੇ ਪੁੱਠਾ ਕਰਨਗੇ। ਤਾਂ ਜੀ ਵਿੰਟਰ ਓਲੰਪਿਕ ਹੋਣ ਜਾ ਰਹੇ ਨੇ, ਬੀਜਿੰਗ ਵਿੱਚ ਹੋਣ ਜਾ ਰਹੇ ਨੇ, ਹੁਣ ਫੈਬਰੀ ਵਿੱਚ, ਅਗਲੇ ਕੱਲ ਤੋਂ ਬਸ ਫੈਬਰੀ ਮਹੀਨੇ ਵਿੱਚ ਹੋਣ ਜਾ ਰਹੇ ਨੇ। ਤਾਂ ਇਹਦੇ ਵਿੱਚ US, ਆਸਟ੍ਰੇਲੀਆ, ਕੈਨੇਡਾ, UK ਤੇ ਹੋਰ ਵੀ ਕਈ ਕੰਟਰੀ ਨੇ, ਉਹਨਾਂ ਨੇ ਕਿਹਾ ਸੀ ਆਪਣੇ ਆਫੀਸ਼ੀਅਲ ਨਹੀਂ ਭੇਜੂਗਾ। ਠੀਕ ਹੈ ਜੀ, ਉਹ ਆਪਣੇ ਆਫੀਸ਼ੀਅਲ ਨਹੀਂ ਭੇਜੂਗੇ, ਬਟ ਪੁਤਿਨ ਭਾਜੀ ਕਹਿੰਦੇ ਵੀ ਅਸੀਂ ਜਾਊਂਗੇ। ਉਹਨਾਂ ਨੇ ਹੁਣੇ ਹੁਣੇ ਕੀ ਕੀਤੀ, ਚਿਰੂ 2Q22 ਯਾਦ ਹੈ, ਹੁਣੇ ਹੁਣੇ ਆਪਾਂ ਪੜ੍ਹਿਆ ਸੀ, ਚਿਰੂ 2Q22 ਜਿਹੜੀ ਗਲਫ ਆਫ ਓਮਾਨ ਵਿੱਚ ਐਕਸਰਸਾਈਜ਼ ਹੋਈ ਇਹਨਾਂ ਦੀ ਹਜੇ ਹਜੇ। ਤੇ ਸਿਰਫ ਪੁਤਿਨ ਹੀ ਨਹੀਂ, ਹੈਰਾਨੀ ਦੀ ਗੱਲ ਤਾਂ ਦੇਖੋ, ਆ ਦੇਖੋ ਰਸ਼ੀਆ ਦੇ ਪ੍ਰੈਜੀਡੈਂਟ, ਪਾਕਿਸਤਾਨ ਪ੍ਰੈਜੀਡੈਂਟ, ਇਹਨਾਂ ਦਾ ਤਾਂ ਕੋਈ ਚੱਕਰ ਨਹੀਂ, ਬਟ ਜਿਹੜੀ 5 ਸੈਂਟਰਲ ਏਸ਼ੀਅਨ ਕੰਟਰੀਜ਼ ਨੇ, ਕਿਉਂਕਿ ਦੇਖੋ ਇਹਨਾਂ ਦਾ ਤਾਂ ਇੱਕ ਹਿਸਾਬ ਨਾਲ ਉਹ ਹੈ, ਇਹਨਾਂ ਨੂੰ ਇੰਡੀਆ ਵੀ ਹੈਲਪ ਕਰ ਰਹੀ, ਇਹਨਾਂ ਨੂੰ ਚਾਈਨਾ ਵੀ ਹੈਲਪ ਕਰ ਰਹੀ। ਤੁਸੀਂ ਆਪ ਸੋਚੋ, ਤੁਹਾਨੂੰ ਏ ਐਕਸ ਬੰਦਾ ਹੈ, ਤੁਸੀਂ ਏ ਐਕਸ ਬੰਦਾ ਤੁਹਾਡੀ ਹੈਲਪ ਕਰ ਰਿਹਾ, ਵਾਈ ਬੰਦਾ ਤੁਹਾਡੀ ਹੈਲਪ ਕਰ ਰਿਹਾ, ਤੁਹਾਡੀ ਲੋਕੇਸ਼ਨ ਹੈ ਸਟ੍ਰੈਟੇਜਿਕ, ਬਹੁਤ ਹੀ ਤੁਸੀਂ ਬਹੁਤ ਹੀ ਵਧੀਆ ਪੋਜੀਸ਼ਨ ਤੇ ਹੋ। ਠੀਕ ਹੈ ਜੀ, ਤੇ ਇਹਨਾਂ ਦੋਨਾਂ ਨੂੰ ਪਤਾ ਜੇ ਇਹਨਾਂ ਦੋਨਾਂ ਦੀ ਤੁਹਾਡੇ ਨਾਲ ਬਣੀ ਰਹੇ, ਇਹਨਾਂ ਦੋਨਾਂ ਨੂੰ ਬਹੁਤ ਫਾਇਦਾ ਹੈ, ਤਾਂ ਇਹ ਤਾਂ ਇਹ ਤੋਂ ਵੀ ਲੱਡੂ ਖਾ ਰਿਹਾ, ਤਾਂ ਇਹ ਤੋਂ ਵੀ ਲੱਡੂ ਖਾ ਰਿਹਾ, ਇਹ ਇਹਦੀ ਆਓ ਭਗਤ ਕਰ ਰਿਹਾ, ਇਹਦੀ ਆਓ ਭਗਤ ਕਰ ਰਿਹਾ। ਤਾਂ ਜੀ ਸੈਂਟਰਲ ਏਸ਼ੀਆ ਵਾਲੇ ਤਾਂ ਇਸ ਟਾਈਮ ਐਸ਼ ਕਰ ਰਹੇ ਨੇ। ਤਾਂ ਜੀ 5 ਪ੍ਰੈਜੀਡੈਂਟ ਸੈਂਟਰਲ ਏਸ਼ੀਅਨ ਕੰਟਰੀ ਤੇ, ਜਿਹੜੀ ਮੈਂ ਗੱਲ ਕੀਤੀ, ਕਜ਼ਾਕਿਸਤਾਨ, ਭੁੱਲ ਗਿਆ ਦੱਸ, ਕਜ਼ਾਕਿਸਤਾਨ, ਤੁਰਕਮੈਨਿਸਤਾਨ, ਉਜ਼ਬੇਕਿਸਤਾਨ, ਹੋਰ ਕਿਹੜੀਆਂ ਕੰਟਰੀ ਆ ਸੀ, ਇਹ ਕਿੱਦਾਂ ਭੁੱਲ ਗਿਆ,
कजाकिस्तान, तजिकिस्तान, तुर्कमेनिस्तान, उज़्बेकिस्तान, एक रहेगी कंट्री केड़ी रहेगी? कजाकस होगी, तुर्कमेनिस्तान होगी, तजिकिस होगी, उज़्बेकिस्तान होगी, पांचवी कंट्री केड़ी है बच्चे, याद है किसी नू? अच्छा हिंदी च स्टार्ट कर दो यार, फिर फायदा की रहेगा, फर्क की रहेगा जे पंजाबी नहीं करनी हुई, फिर तो कोई फायदा ही नहीं ना यार। कजाकिस्तान, हाँ किर्गिस्तान, किर्गिस्तान ये पांच कंट्री ने याद करने, इन्हां दे पीएम प्रेजिडेंट याद करने, करंसी ते कैपिटल इन्हां दी याद करनी है, मैं पूरी करा चुका थोनू क्लास विच। बट हैरानी दी गल ये है, जब तो यूएस दे प्रेजिडेंट ने मना करता कि डिप्लोमेटिक बायकॉट हो रहा है, देख रहे हो यूएन दे प्रेजिडेंट जा रहे ने, कौन यूएन दे प्रेजिडेंट? एंटोनियो गुटेरेस, कितों ने? पुर्तगाल तो। डब्ल्यूएचओ दे चीफ जा रहे ने कौन ने? टेड्रोस अधानोम, कितों ने? इथियोपिया तो। ये कुछ गल्लां ने बहुत ध्यान रखनी है तुसी सारे ने, ठीक है? एक आपस की गल बाद मार लो, साड़ी इधर ध्यान दे लो थोड़ा जा। चलो जी, चीफ इकोनॉमिक एडवाइजर जिन्हों कहते हैं, डिपार्टमेंट ऑफ इकोनॉमिक अफेयर के अंदर आऊगा ये। तो जी इन्होंने तो पहला सीगे कृष्ण मूर्ति सुब्रमण्यम, कृष्णा मूर्ति सुब्रमण्यम सीगे इन्होंने तो पहला, ते हुण ये बन चुके ने कौन? इन्हों का नाम की है? अनंत नगेश्वरन, पूरा नाम है वी अनंत नगेश्वरन। तां जी कल यानी कि 1 फरवरी नू बजट आऊगा, वो तो 2-3 दिन पहले इन्हों अपॉइंट किया गया, जॉइंस 4 डेज बिफोर बजट। तां जी मिनिस्ट्री ऑफ, ऑब्वियसली मिनिस्ट्री ऑफ फाइनेंस के अंडर आते हैं निर्मला सीतारमन जी ने। मिनिस्ट्री ऑफ फाइनेंस के अंडर एक वो आता है डिपार्टमेंट ऑफ इकोनॉमिक अफेयर्स, वो आते हैं, उन्होंने ये लीड करते हैं, कोई इन्हों का आर्टिकल नहीं है क्योंकि ये कोई क्या कहते हैं स्टैच्यूटरी बॉडी नहीं है, ये कॉन्स्टिट्यूशन विच मेंशन नहीं है। चलो तां जी इन फर्स्ट द जम्मू एंड कश्मीर गवर्नमेंट डिसाइडेड टू डीलिनिएट एंड डीमार्केट स्मॉलर वाटर स्ट्रीम्स एंड कैनाल्स। पहली बार जम्मू और कश्मीर सरकार ने पानी दी छोटी छोटी नदियां और नहरों को दर्शाने उत्ते हदबंदी करने का फैसला किया है। तो जी इन्होंने की कहा, कहते जिदा कि कोई नाला हो गया, कोई छोटी खड्ड हो गया, कोई नहर होगी जिड़ी कि कोई बड़ी नदी का पार्ट नहीं है, तो उन्होंने भी ते वो किसी के मान लो होंगे ना किसी जमीन आ जाती नदी में आ जाती ना, तो उन्होंने किया भी क्योंकि होंदा की सी जो कोई बंदे की मान लो जमीन आ रही है नहर में आ रही है, उन्हें मिट्टी मुट्टी भर के कुछ बनाने लग गया, तो सरकार के जो बंदे से कहते भी नहीं तुसी नहीं कर सकते क्योंकि यह तो जी नदी है। तो वह लोगों ने फिर अपील वगैरह की, बहुत ज्यादा केस चले रहते हैं कि यार साड़ी जमीन है उत्थे ते नदी कितों आ गई, उत्थे नदी तो है ही नहीं, कहते तो पानी वैसे निकलिया होया। तो इन्होंने उही कहा भी जेडे खड ने जी नहर ने जिड़िया वड्डी नदियों के पार्ट नहीं ने, लोगों की जमीन दबी हुई थले, तो इन्हों भी तो जी अपनी थोड़ी नक्शेबंदी होंगी जो भी होंगी पटवारियों जो भी कहा होना वो इन्होंने कहा हूँ इन मार्क करना शुरू कर दो। हाँ देखो तो कहा इन्होंने डिलीनिएट एंड डिमार्केट स्मॉलर वाटर स्ट्रीम्स एंड कैनाल, जिन्होंने कहा जाता गैर मुमकिन खड हो गया, दरिया हो गया, नाले हो गए, रिकॉर्डेड इन रेवेन्यू रिकॉर्ड विच डू नॉट फॉर्म अ पार्ट ऑफ वाटर चैनल, मतलब के छोटिया पानी दी धाराव नहरों को दर्शाने और सीमाबद्ध करना जो कि वाटर चैनलों का हिस्सा नहीं बनते पर माल रिकॉर्ड विच दर्ज किए गए हैं। ठीक है जी मनप्रीत कौर, जे तुसी पीसीएस की तैयारी भी कर रहे हो ना तां भी थोड़ी द ट्रिब्यून इनफ है, थोनू तो लोड ही नहीं करन दी होर कुछ। ठीक है जी चलो लास्ट क्वेश्चन करते हैं अदा फिर आपां। तां जी एक पैरासाइटिक प्लांट है सप्टेंबर रेंथस फाउंड इन निकोबार दा ओ इको स्पॉट, पैरासाइटिक प्लांट है ना, रखना याद कि सेप्टर मैनू नहीं याद हो रहा है सेप टेम्बरेंथस ए है जी सेप्टरमेंथस है ए वॉब हॉर्सी फील्डिया ग्लोबा वॉब। एक देखो सवाल आऊगा जरूर, एदा मेथो आप नहीं पढ़ा जरा बहुत ही साइंटिफिक जे नाम है, बेसिकल कितने पाया कितने जाता है, पाया जाता है इतने, अच्छा बैटरी भी बेसिक जी गल है, पाया कितने जाता है, यह पाया जाता है निकोबार आइलैंड से, जोड़ा अंडमान आइलैंड है, अंडमान आइलैंड तो निकोबार आइलैंड थोड़ा पता होना चाहिए कि अड ने डिस्टिंग्विश्ड ने ਕਿੱਥੋਂ ਕਿੱਥੋਂ ਕਿੱਦਾਂ ਡਿਸਟਿੰਗੁਇਸ਼ ਨੇ ਇਹਨਾਂ ਦੇ ਵਿੱਚ ਆਉਂਦਾ ਇਹ ਦੇਖੋ 10 ਡਿਗਰੀ ਚੈਨਲ ਯਾਦ ਹੈ ਤੁਹਾਨੂੰ 10 ਡਿਗਰੀ ਚੈਨਲ ਆਉਂਦਾ ਜਿਹੜਾ ਕਿ ਲਿਟਲ ਅੰਡਾਮਾਨ ਤੇ ਕਾਰ ਨਿਕੋਬਾਰ ਯਾਨੀ ਕਿ ਆਪਾਂ ਬੇਸਿਕਲੀ ਕਹਿ ਦਿੰਦੇ ਹਾਂ ਵੀ ਅੰਡਾਮਾਨ ਐਂਡ ਨਿਕੋਬਾਰ ਆਈਲੈਂਡ ਨੂੰ ਸੈਪਰੇਟ ਕਰਦਾ ਹੈ, ਤੇ ਇਹਨਾਂ ਦਾ ਜਿਹੜਾ ਡਿਫਰੈਂਸ ਹੈ ਵਿੱਚ ਦਾ 160 ਕਿਲੋਮੀਟਰ, 160 ਕਿਲੋਮੀਟਰ ਡਿਫਰੈਂਸ ਹੈ ਇਹਨਾਂ ਵਿੱਚ। ਠੀਕ ਹੈ ਜੀ 160 ਕਿਲੋਮੀਟਰ ਦਾ ਡਿਫਰੈਂਸ ਹੈ ਲਿਟਲ ਅੰਡਾਮਾਨ ਤੇ ਕਾਰ ਨਿਕੋਬਾਰ। ਠੀਕ ਹੈ
ਇਹ ਆਪਾਂ ਯਾਦ ਰੱਖਣਾ 10 ਡਿਗਰੀ ਚੈਨਲ 8 9 10 11 ਜਿਹੜੇ ਡਿਗਰੀ ਚੈਨਲ ਨੇ ਇਹ ਮੈਂ ਤੁਹਾਨੂੰ ਕਰਾਏ ਸੀ 4 ਪੀਐਮ ਵਾਲੀ ਕਲਾਸ ਵਿੱਚ ਜੇ ਕੋਈ ਨਹੀਂ ਲਾ ਰਿਹਾ ਕਲਾਸ ਤਾਂ ਉੱਥੇ ਜ਼ਰੂਰ ਲਾਵੇ ਕਲਾਸ ਬਹੁਤ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਨੇ ਉੱਥੇ ਅੱਛਾ ਇਸ ਵਜ੍ਹਾ ਕਰਕੇ ਹੁਣ ਸਟ੍ਰੈਸ ਲੈਵਲ ਪੀਕ ਤੇ ਦੇਖੋ ਇਹ ਨਹੀਂ ਆਉਂਦਾ ਨਾ ਜੇ ਮੈਥੋਂ ਸੈਪਟੈਂਬਰ ਅੰਥਸ ਹੈ ਵੈਸੇ ਨਾ ਦੋ ਤਿੰਨ ਚਾਰ ਵਾਰ ਪੰਜ ਵਾਰ ਪੜ੍ਹੋਗੇ ਹੋ ਜੂਗਾ ਯਾਦ ਬਟ ਦੇਖੋ ਤੁਹਾਡੇ ਤੋਂ ਪ੍ਰੋਬਲਮ ਪੈ ਰਹੀ ਹੈ ਤੁਸੀਂ ਸਪਟੈਂਬਰ ਯਾਦ ਕਰ ਲਓ ਸਾਨੂੰ ਕੀ ਹੈ ਅਸੀਂ ਕਿਹੜਾ ਲਿਖਣਾ ਹੈ ਅਸੀਂ ਤਾਂ ਗੋਲੇ ਕਾਲੇ ਕਰਕੇ ਆਉਣੇ ਕਿੱਥੇ ਗਿਆ ਅਸੀਂ ਤਾਂ ਗੋਲੇ ਭਰ ਕੇ ਆਉਣੇ ਆ ਅਸੀਂ ਕਿਹੜਾ ਯਾਦ ਕਰਕੇ ਲਿਖ ਕੇ ਆਉਣੀ ਸਪੈਲਿੰਗ ਮਿਸਟੇਕ ਹੋ ਜੂਗੀ ਸਾਡੇ ਤੋਂ ਕਿਹਾ ਜਾਊਗਾ ਇਹ ਨਹੀਂ ਚਲੋ ਹਜੇ ਟਾਈਮ ਹੈ ਆਪਣੇ ਕੋਲ ਹੈਗਾ ਤਾਂ ਨਿਬੇੜ ਦਿੰਦੇ ਤਾਂ ਜੀ ਲੈਜੈਂਡਰੀ ਰੇਸ ਹਾਰਸ ਟ੍ਰੇਨਰ ਨੇ ਰਾਸ਼ਿਦ ਰੁਸਤਮ ਜੀ ਬੈਰਾਮ ਜੀ 88 ਸਾਲ ਦੀ ਉਮਰ ਵਿੱਚ ਇਹਨਾਂ ਦਾ ਦੇਹਾਂਤ ਹੋ ਗਿਆ ਕਹਿੰਦੇ ਕਾਫੀ ਜ਼ਿਆਦਾ ਫੇਮਸ ਸੀਗੇ ਦੇਖੋ ਸਾਨੂੰ ਪਤਾ ਹੈ ਕਿ ਅਸੀਂ ਘੋੜਸਵਾਰੀ ਵਗੈਰਾ ਜ਼ਿਆਦਾ ਫੋਲੋ ਨਹੀਂ ਕਰਦੇ ਹੁੰਦੇ ਨਾਰਥ ਇੰਡੀਆ ਵਿੱਚ ਤਾਂ ਲਿਖੇ ਮੈਂ ਲੋਕ ਤਾਂ ਜੀ ਨਾ ਯਾਦ ਰੱਖਣਾ ਬਸ ਰੁਸਤਮ ਜੀ ਬੈਰਾਮ ਜੀ ਇਹਨਾਂ ਦਾ ਦੇਹਾਂਤ ਹੋ ਗਿਆ ਇਹਨਾਂ ਬਾਰੇ ਕੁਝ ਉਹ ਨੇ ਤਾਂ ਇਹਨਾਂ ਕੋਲ ਰੇਅਰ ਫੀਟ ਹੈ 10 ਇੰਡੀਅਨ ਡਰਬੀਜ਼ ਤੇ 10 ਇੰਡੀਅਨ ਟਰਫ ਇਨਵੀਟੇਸ਼ਨ ਕੱਪ ਜਿੱਤੇ ਨੇ ਤੇ ਇਹਨਾਂ ਕੋਲ ਇੱਕ ਰਿਕਾਰਡ ਹੈ ਹੈਟ੍ਰਿਕ ਕੀਤੀ ਸੀ 2 ਵਾਰੀ ਇੰਡੀਅਨ ਡਰਬੀ ਤੇ 3 ਵਾਰੀ ਇੰਡੀਅਨ ਟਰਫ ਇਨਵੀਟੇਸ਼ਨ ਕੱਪ ਵਿੱਚ ਯਾਦ ਕਰ ਲਓ ਧਿਆਨ ਰੱਖ ਲਓ ਜਿੱਦਾਂ ਕਰਨਾ ਕਰ ਲਓ ਬਸ ਜੀ ਇੰਪੋਰਟੈਂਟ ਹੋ ਜਾਂਦਾ ਬੈਰਾਮ ਜੀ ਕਿਆ ਨਾਂ ਬਾਈ ਜੀ ਦਾ ਰੁਸਤਮ ਜੀ ਬੈਰਾਮ ਜੀ ਇਹਨਾਂ ਦੀ ਡੈਥ ਹੋ ਗਈ ਇੱਕ ਬਹੁਤ ਹੀ ਤਗੜੇ ਘੋੜ ਸਵਾਰ ਯਾਨੀ ਕਿ ਰੇਸ ਹੌਸਰ ਹਾਰਸ ਰੇਸਰ ਸੀਗੇ ਮੈਂ ਰੇਸ ਹਾਰਸਰ ਕਹਿਣ ਲੱਗਿਆ ਸੀ ਠੀਕ ਹੈ ਜੀ ਤਾਂ ਜੀ ਇਹ ਸੀਗੀ ਅੱਜ ਦੀ ਕਲਾਸ ਤਾਂ ਸ਼ਾਮੀ ਜ਼ਰੂਰ ਮਿਲੋ ਕੁਛ ਕਰੰਟ ਫਿਰ ਰਹਿੰਦੇ ਨੇ ਆਪਾਂ ਕੱਲ ਕਰ ਲਾਂਗੇ ਕਵਰ ਤਾਂ ਇੱਕ ਤਾਂ ਤੁਹਾਡੇ ਲਈ ਹੈ ਬੈਚ ਸ਼ੁਰੂ ਹੋਣ ਜਾ ਰਿਹਾ ਹੁਣ 9 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਤਾਂ ਜੀ ਪੀਪੀਐਸਸੀ ਕੋਆਪਰੇਟਿਵ ਇੰਸਪੈਕਟਰ ਤੇ ਨੈਬ ਤਹਿਸੀਲਦਾਰ ਦਾ ਵੀ ਕ੍ਰੈਸ਼ ਕੋਰਸ ਤੇ ਪ੍ਰੋਪਰ ਹਰ ਚੀਜ਼ ਕਰਾਈ ਜਾਊਗੀ ਕੁਐਸਚਨ ਆਨਸਰ ਤੇ ਥਿਉਰੀ ਨਾਲ ਕਰੰਟ ਅਫੇਅਰ ਦੇ ਵਿੱਚ ਮੈਂ ਹੀ ਕਰਾਉਂਗਾ ਤੇ ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੁਹਾਡਾ 24/7 ਤੇ ਜਾ ਕੇ Y383 ਕੋਡ ਯੂਜ਼ ਕਰੋਗੇ ਜਦੋਂ ਬਾਏ ਨਾਉ ਤੇ ਜਾਓਗੇ ਨਾ ਉੱਥੇ Y383 ਕੋਡ ਯੂਜ਼ ਕਰ ਲਿਓ ਐਕਸਟਰਾ ਡਿਸਕਾਊਂਟ ਮਿਲ ਜੂਗਾ ਥੋੜਾ ਤੇ ਜੇ ਤੁਸੀਂ ਸਿਰਫ ਕਰੰਟ ਅਫੇਅਰ ਪੜ੍ਹਨਾ ਚਾਹੁੰਦੇ ਹੋ ਸਿਰਫ ਕਰੰਟ ਅਫੇਅਰ ਬਾਕੀ ਰੀਜਨਿੰਗ ਹਿਸਟਰੀ ਤੁਹਾਡੀ ਵਧੀਆ ਹੈ ਤਾਂ ਜੀ ਇਹ ਜ਼ਰੂਰ ਜੁਆਇਨ ਕਰ ਸਕਦੇ ਹੋ ਪਿਛਲੇ ਸਾਲ ਮਈ ਤੋਂ ਲੈ ਕੇ ਇਸ ਸਾਲ ਫਰਵਰੀ ਤੱਕ ਦੇ ਮੈਂ ਪੀਪੀਐਸਸੀ ਦੇ ਜਿਹੜੇ ਕਰੰਟ ਅਫੇਅਰ ਤੁਸੀਂ ਜਿਹੜੇ ਸਕਿਪ ਕਰ ਦਿੰਦੇ ਹੋ ਜਨਰਲੀ ਉਹ ਮੈਂ ਕਰਾਉਂਗਾ ਬਟ ਜੇ ਤੁਸੀਂ ਬੈਚ ਲਿਆ ਹੋਇਆ ਤਾਂ ਉਹ ਬੈਚ ਤਾਂ ਆਬਵੀਅਸਲੀ ਇਨਕਲੂਡਿਡ ਉਹਦੇ ਵਿੱਚ ਤਾਂ ਸੂਰਮਾ ਇਨਕਲੂਡਿਡ ਹੋਊਗਾ ਹੀ ਹੋਊਗਾ ਠੀਕ ਹੈ ਬਾਕੀ ਇਹ ਬੈਚ ਵੀ ਤੁਸੀਂ ਧਿਆਨ ਰੱਖਣਾ ਮਾਸਟਰ ਕੈਡਰ ਹੋ ਗਿਆ ਪੀਪੀਐਸਸੀ ਕਲਰਕ ਮੇਨਸ ਹੋ ਗਿਆ ਮਾਸਟਰ ਕੈਡਰ ਦੇ ਤਿੰਨੇ ਤਰ੍ਹਾਂ ਦੇ ਬੈਚ ਨੇ ਮੈਥ ਹੋ ਗਿਆ ਸੋਸ਼ਲ ਸਾਇੰਸ ਪੰਜਾਬੀ ਸਭ ਕੁਝ ਸਾਡੇ ਕੋਲ ਅਵੇਲੇਬਲ ਹੈ ਤੇ ਬਾਕੀ ਤੁਸੀਂ ਸਾਰਾ ਕੁਝ ਕਰਨਾ ਚਾਹੁੰਦੇ ਹੋ ਸਾਡੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇਹ ਹੈ ਜੀ 3219 ਵਿੱਚ ਤੁਹਾਨੂੰ 2 ਸਾਲ ਦੀ ਵੈਲਿਡਿਟੀ ਮਿਲ ਰਹੀ ਹੈ ਇਹਦੇ ਵਿੱਚ ਤੁਹਾਨੂੰ ਲਾਈਵ ਕਲਾਸ ਰਿਕਾਰਡਡ ਕਲਾਸ ਪੀਡੀਐਫ ਟੈਕਸਟ ਬੁੱਕ ਸਭ ਕੁਝ ਤੁਹਾਨੂੰ ਮਿਲੂਗਾ ਟੈਸਟ 3 ਹੋ ਗਿਆ ਮੌਕ ਟੈਸਟ ਹੋ ਗਿਆ ਤੇ ਕੋਈ ਇੰਟਰਵਿਊ ਵੀ ਆਉਂਦਾ ਹੈ ਤਾਂ ਉਹ ਵੀ ਤੁਹਾਨੂੰ ਇਨਕਲੂਡਿਡ ਮਿਲੂਗਾ ਤੇ ਅੱਜ 31 ਜਨਵਰੀ ਲਾਸਟ ਡੇ ਹੈ ਮਹਾਪੈਕ ਦੀ ਵੈਲਿਡਿਟੀ ਦਾ ਡਬਲ ਵੈਲਿਡਿਟੀ ਦਾ ਵੈਸੇ ਜਨਰਲੀ ਤੁਹਾਨੂੰ 3219 ਵਿੱਚ 1 ਸਾਲ ਦੀ ਮਿਲਦੀ ਹੈ ਬਟ ਅੱਜ ਲਈ ਅੱਜ ਮੰਥ ਐਂਡ ਹੈ ਤਾਂ ਅੱਜ ਲਈ ਤੁਹਾਨੂੰ ਪੈ ਰਿਹਾ 3219 ਵਿੱਚ 1+1 2 ਸਾਲ ਤੇ ਇਹ ਕਿੱਦਾਂ ਮਿਲੂਗਾ 3219 ਵਿੱਚ ਅੱਡਾ 24/7 ਦੀ ਸਾਈਟ ਤੇ ਜਾਣਾ ਪੰਜਾਬ ਮਹਾਪੈਕ ਸਰਚ ਕਰਨਾ ਤੇ ਉੱਥੇ ਜਦੋਂ ਬਾਏ ਨਾਓ ਤੋਂ ਜਾਓ ਉੱਥੇ ਕੋਡ ਯੂਜ਼ ਕਰ ਲਓ Y383 ਤੁਹਾਡਾ ਕੋਡ ਹੈ ਆਪਣਾ ਕੋਡ ਹੈ ਤੁਹਾਡਾ ਇਹ ਤੋਂ ਥੋੜਾ ਐਕਸਟਰਾ ਡਿਸਕਾਊਂਟ ਮਿਲ ਜਾਂਦਾ ਤਾਂ ਅੱਜ ਲਈ ਤੁਹਾਨੂੰ 3219 ਵਿੱਚ 2 ਸਾਲਾਂ ਲਈ ਮਿਲ ਰਿਹਾ ਠੀਕ ਹੈ ਜੀ ਤੇ ਬਾਕੀ ਜਿਹਨੇ ਜਿਹਨੇ ਪੀਪੀਐਸਸੀ ਦੀ ਤਿਆਰੀ ਕਰਨੀ ਹੈ ਵਧੀਆ ਢੰਗ ਨਾਲ ਕਰੰਟ ਅਫੇਅਰ ਦੀ ਤਿਆਰੀ ਕਰਨੀ 4 ਵਜੇ ਮੈਨੂੰ ਸ਼ਾਮੀ ਜ਼ਰੂਰ ਮਿਲੇ ਤੇ ਜਿਹੜੀ ਪੀਡੀਐਫ ਹੈ ਕਮੈਂਟਾਂ ਦੇ ਡਿਸਕ੍ਰਿਪਸ਼ਨ ਵਿੱਚ 1-2 ਘੰਟੇ ਵਿੱਚ ਆ ਜੂਗੀ ਠੀਕ ਹੈ ਜੀ ਚਲੋ ਜੀ ਅੱਛਾ ਆਪਾਂ ਸੀ ਗੱਲਾਂ ਕਰਨ ਲੱਗੇ ਮੈਂ ਹੀ ਬੋਲੀ ਜਾ ਰਿਹਾ ਹਾਂ ਸਰ ਅੱਜ ਹੋਵੇਗੀ ਪੀਪੀਐਸਸੀ ਬੈਚ ਚ ਨਹੀਂ ਬੈਚ ਦੀ ਕਲਾਸ ਨਹੀਂ ਹੋਊਗੀ ਬੈਚ ਦੀ ਕਲਾਸ ਤਾਂ ਉਹੀ ਕਹਿ ਰਿਹਾ ਵੀ 9 ਫਰਵਰੀ ਤੋਂ 4 PM ਜ਼ਰੂਰ ਮਿਲੋ ਤੁਸੀਂ ਦੇਖੋ ਕਲਾਸ ਲਾ ਕੇ ਦੇਖੋ ਆ ਪਤਾ ਲੱਗ ਜਾਊਗਾ ਠੀਕ ਹੈ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਆਲ ਦਾ ਬੈਸਟ